ਸਤਿਸੰਗ ਜੀ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਜਿੰਨੀਆਂ ਵੀ ਰੂਹਾਂ ਸੁਰਤੀ ਨੂੰ ਜੋੜ ਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰਤ ਕੀ ਬਾਣੀ ਨੂੰ ਸਰਵਣ ਕਰਦੀਆਂ, ਸਮਝਦੀਆਂ, ਆਪਣੇ ਹਿਰਦੇ ਦੇ ਵਿੱਚ ਵਸਾਉਂਦੀਆਂ, ਉਹਨਾਂ ਰੂਹਾਂ ਤੇ ਪਰਮ ਪਿਤਾ ਪਰਮਾਤਮਾ ਦੀ ਕਿਰਪਾ ਅਵਸ਼ ਹੀ ਬਖਸ਼ਿਸ਼ਾਂ ਕਰਦੀ ਹੈ। ਉਹਨਾਂ ਰੂਹਾਂ ਨੂੰ ਪਰਮ ਪਿਤਾ ਪਰਮਾਤਮਾ ਆਪਣੇ ਚਰਨ ਛਰਨ ਕਰਕੇ ਉਹਨਾਂ ਨੂੰ ਸਨਮਾਨ ਬਖਸ਼ਦਾ ਹੈ। ਸਤਿਸੰਗ ਜੀ, ਅਸੀਂ ਹਰ ਪੂਰਨਮਾਸ਼ੀ ਤੇ ਆਉਂਦੇ ਹਾਂ, ਗੁਰੂ ਦੀ ਬੜੀ ਕਿਰਪਾ ਹੈ, ਬਹੁਤ ਸੰਗਤ ਦਰਸ਼ਨ ਕਰਨ ਆਉਂਦੀ ਹੈ ਗੁਰੂ ਸਾਹਿਬ ਦੇ, ਔਰ ਗੁਰੂ ਸਾਹਿਬ ਦੇ ਵਿਚਾਰਾਂ ਨੂੰ ਸਰਵਣ ਕਰਕੇ ਆਪਣੇ ਜੀਵਨ ਨੂੰ ਨਿਹਾਲ ਕਰਦੀ ਹੈ ਸਮੇਂ ਦੇ ਮੁਤਾਬਕ, ਕਿਉਂਕਿ ਕਦੇ ਸਮਾਂ ਐਸਾ ਵੀ ਹੁੰਦਾ ਹੈ ਕਿ ਸੰਗਤ ਸਮੇਂ ਦੇ ਮਾਹੌਲ ਨੂੰ ਦੇਖਦੀ ਹੋਈ ਥੋੜ੍ਹਾ ਲੇਟ ਆਉਂਦੀ ਹੈ। ਅੱਜ ਸਰਦੀ ਦਾ ਮੌਸਮ ਹੈ, ਸਵਾਈ ਸੰਗਤ ਹੈ, ਕੋਈ ਗੱਲ ਨਹੀਂ, ਵਾਹਿਗੁਰੂ ਦੀ ਬੜੀ ਕਿਰਪਾ ਹੈ। ਸਵਾਈ ਸੰਗਤ ਵੀ ਅਗਰ ਜੇ ਸੁਰਤੀਆਂ ਜੋੜ ਲੈਂਦੀ ਹੈ ਨਾ, ਤੇ ਉਹਨਾਂ ਦੋ ਬੰਦੇ ਜੇ ਅਗਰ ਬੈਠੇ ਹੈ ਨਾ, ਚਾਰ ਬੰਦੇ ਅਗਰ ਬੈਠੇ ਹੈ, ਪੰਜ ਬੰਦੇ ਅਗਰ ਬੈਠੇ ਹੈ, ਅਗਰ ਉਹ ਸੁਰਤੀਆਂ ਜੋੜ ਲੈਂਦੀ ਹੈ ਤੇ ਗੁਰੂ ਦੀ ਕਿਰਪਾ ਉਹਨਾਂ ਸਾਰਿਆਂ ਤੇ ਹੀ ਪ੍ਰਾਪਤ ਹੋ ਜਾਏ। ਤੇ ਇਹ ਹਜ਼ਾਰ ਬੰਦੇ ਬੈਠੇ ਹੈ ਨਾ, ਤੇ ਉਹਨਾਂ ਦੇ ਵਿੱਚੋਂ 50 ਬੰਦੇ ਹੀ ਸੁਰਤੀ ਜੋੜਨ ਵਾਲੇ ਹੈ, ਬਾਕੀ ਸਿਰਫ ਹਾਜ਼ਰੀ ਲਾਉਣ ਆਉਂਦੇ ਹੈ। ਸੁਰਤੀ ਜੋੜਨ ਵਾਲੇ ਬਹੁਤ ਘੱਟ ਹੁੰਦੇ ਹੈ, ਜਿਹੜੇ ਸੁਰਤੀ ਜੋੜਨ ਵਾਲੇ ਹੁੰਦੇ ਆ ਉਸ ਤੇ ਗੁਰੂ ਦੀ ਬਖਸ਼ਿਸ਼ ਪ੍ਰਾਪਤ ਹੋ ਜਾਂਦੀ ਹੈ। ਮੈਨੂੰ ਯਾਦ ਆ ਰਿਹਾ ਹੈ, ਗੁਰੂ ਸਾਹਿਬ ਨੂੰ ਇੱਕ ਵਾਰੀ ਬੇਨਤੀ ਕੀਤੀ ਸਿੰਘਾਂ ਨੇ, ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ, ਸੱਚੇ ਪਾਤਸ਼ਾਹ ਤੁਸੀਂ ਕਹਿੰਦੇ ਹੋ ਵੀ ਜਿੱਥੇ ਪੰਜ ਪਿਆਰੇ ਸਿੰਘ ਹੋਣ ਉਹ ਮਿਲ ਕੇ ਸਤਸੰਗਤ ਦਾ ਰੂਪ ਹੁੰਦੇ ਆ, ਔਰ ਉਹ ਅੰਮ੍ਰਿਤ ਦੂਸਰਿਆਂ ਨੂੰ ਛਕਾ ਸਕਦੇ ਆ। ਸੱਚੇ ਪਾਤਸ਼ਾਹ, ਜੇ ਕੋਈ ਐਸਾ ਸਮਾਂ ਬਣੇ ਪੰਜ ਬੰਦੇ ਨਾ ਮਿਲਣ, ਪੰਜ ਗੁਰਸਿੱਖ ਨਾ ਮਿਲਣ, ਪੰਜ ਖਾਲਸੇ ਨਾ ਮਿਲਣ, ਫਿਰ ਤੇ ਫਿਰ ਗੁਰੂ ਸਾਹਿਬ ਕਹਿਣ ਲੱਗੇ ਭਾਈ ਜੇ ਚਾਰ ਹੀ ਹੋਣ ਤੇ ਗੁਰੂ ਦਾ ਹੁਕਮ ਮੰਨ ਕੇ, ਸਤ ਬਚਨ ਮੰਨ ਕੇ, ਉਹ ਵੀ ਸਾਧ ਸੰਗਤ ਦਾ ਰੂਪ ਹੁੰਦੇ ਹੈ। ਗੁਰੂ ਦੀ ਸ਼ਰਨ ਦੇ ਵਿੱਚ ਹੋ ਕੇ ਜੇ ਉਹ ਚਾਰ ਵੀ ਸਮਰਪਿਤ ਹੈ ਤੇ ਸਾਧ ਸੰਗਤ ਰੂਪਤ ਹੈ। ਗੁਰੂ ਸਾਹਿਬ ਜੇ ਚਾਰ ਵੀ ਨਾ ਮਿਲਣ, ਕੋਈ ਸਮਾਂ ਐਸਾ ਬਣ ਜਾਵੇ, ਸਾਡੇ ਤੇ ਇੰਨੀਆਂ ਵਿਪਤਾਵਾਂ ਵਗਦੀਆਂ ਰਹੀਆਂ, ਇੰਨੀਆਂ ਹਨੇਰੀਆਂ ਵਗਦੀਆਂ ਰਹੀਆਂ, ਕੋਈ ਸਮਾਂ ਐਸਾ ਵੀ ਬਣ ਸਕਦਾ ਵੀ ਚਾਰ ਵੀ ਨਾ ਹੋਣ। ਗੁਰੂ ਸਾਹਿਬ ਕਹਿਣ ਲੱਗੇ ਫਿਰ ਤਿੰਨ ਹੋਣ ਤੇ ਤਿੰਨ ਵੀ ਗੁਰੂ ਦੀ ਸ਼ਰਨ ਹੋ ਕੇ ਹੱਥ ਜੋੜ ਕੇ ਨਮਸਕਾਰ ਕਰਕੇ ਸੋਤੀਆਂ ਜੋੜ ਕੇ ਜੋ ਬੇਨਤੀ ਕਰਨਗੇ ਉਹ ਪਰਮਾਤਮਾ ਪ੍ਰਵਾਨ ਕਰੇਗਾ, ਤਿੰਨਾਂ ਦੇ ਵਿੱਚ ਵੀ ਪਰਮ ਪਿਤਾ ਪਰਮਾਤਮਾ ਦਾ ਵਾਸਾ ਹੋਏਗਾ। ਪੰਚ ਪਰਮੇਸ਼ਰ, ਪੰਜਾਂ ਦੇ ਵਿੱਚ ਤਾਂ ਪਰਮਾਤਮਾ ਦਾ ਵਾਸਾ ਹੈ ਹੀ ਹੈ, ਤੇ ਜੇ ਕਿਤੇ ਸੋਤੀਆਂ ਜੋੜੀਆਂ ਹੋਈਆਂ ਤਿੰਨ ਹੀ ਪਰਮਾਤਮਾ ਦੀ ਸ਼ਰਨ ਹੋਣਗੇ ਤੇ ਪਰਮਾਤਮਾ ਉਹਨਾਂ ਦੀ ਵੀ ਬੇਨਤੀ ਕਬੂਲ ਕਰੇਗਾ। ਸੱਚੇ ਪਾਤਸ਼ਾਹ, ਜੇ ਇਹ ਵੀ ਨਾ ਹੋਣ ਤੇ ਫਿਰ ਗੁਰੂ ਸਾਹਿਬ ਕਹਿੰਦੇ ਜੇ ਦੋ ਹੋਣ ਤੇ ਦੋ ਵੀ ਕਬੂਲ ਹੈ। ਗੁਰੂ ਸਾਹਿਬ ਜੇ ਦੋ ਵੀ ਨਾ ਹੋਣ, ਕਹਿੰਦੇ ਫਿਰ ਜਿੱਥੇ ਗੁਰੂ ਦਾ ਖਾਲਸਾ ਇੱਕ ਹੀ ਹੋਵੇ ਤੇ ਉਹ ਪਰਮਾਤਮਾ ਦੀ ਸ਼ਰਨ ਦੇ ਵਿੱਚ ਹੋਵੇ, ਉਹ ਵੀ ਸਵਾਇਆ ਹੋਏਗਾ, 1.25 ਲੱਖ ਦੇ ਬਰਾਬਰ ਹੋਏਗਾ ਕਹਿੰਦੇ, ਤੇ ਉਸ ਇਕੱਲੇ ਦੀ ਬੇਨਤੀ ਵੀ ਪ੍ਰਵਾਨ ਪਰਮਾਤਮਾ ਕਰ ਲਵੇ। ਤੋ ਸਾਧ ਸੰਗਤ ਜੀ, ਸੰਗਤ ਸਵਾਈ ਵੀ ਪਰਮਾਤਮਾ ਦਾ ਸਰੂਪ ਹੁੰਦੀ ਹੈ। ਤੋ ਸਾਧ ਸੰਗਤ ਜੀ, ਆਓ ਆਪਾਂ ਅੱਜ ਵਿਚਾਰ ਕਰਦੇ ਹਾਂ ਵੀ ਅਸੀਂ ਗੁਰੂ ਦੀ ਸ਼ਰਨ ਆਉਂਦੇ ਹਾਂ, ਔਰ ਗੁਰੂ ਤੋਂ
ਹਮੇਸ਼ਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹੜੀ ਹੈ ਉਹ ਸਾਨੂੰ ਇਹ ਬਖਸ਼ਿਸ਼ ਕਰਦੀ ਹੈ ਕਿ ਭਾਈ ਨਾਮ ਜਿਹੜਾ ਹੈ ਉਹ ਤਰਨਹਾਰਾ ਹੈ। ਜਿਸ ਆਤਮਾ ਨੇ ਨਾਮ ਦੀ ਪ੍ਰਾਪਤੀ ਕਰ ਲਈ, ਹਿਰਦੇ ਦੇ ਵਿੱਚ ਵਸਾ ਲਿਆ, ਔਰ ਉਸ ਦੀ ਨਾਮ ਦੇ ਸਦਕਾ ਪਰਮਾਤਮਾ ਨਾਲ ਲਿਵ ਜੁੜ ਗਏ, ਉਹਦੀ ਗੰਢ ਜਿਹੜੀ ਹੈ ਪਰਮਾਤਮਾ ਨਾਲ ਪੈ ਗਈ, ਉਹਦੀ ਤਾਰ ਜਿਹੜੀ ਹੈ ਪਰਮਾਤਮਾ ਨਾਲ ਜੁੜ ਗਈ, ਔਰ ਪਰਮਾਤਮਾ ਉਸ ਦੀ ਬੇਨਤੀ ਨੂੰ ਕਬੂਲ ਕਰਦਾ। ਗੁਰੂ ਸਾਹਿਬ ਸਾਨੂੰ ਬਖਸ਼ਿਸ਼ ਕਰਦੇ ਹੈ, ਭਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਭਜ ਕੇਵਲ ਨਾਮ, ਇਹ ਮਨੁੱਖ ਜਿਹੜਾ ਹੈ ਸਿਰਫ ਤੇ ਸਿਰਫ ਸੰਸਾਰ ਦੇ ਵਿੱਚ ਜਦੋਂ ਮਨੁੱਖਾ ਦੇਹੀ ਇਸ ਨੂੰ ਪ੍ਰਾਪਤ ਹੁੰਦੀ ਹੈ ਨਾ, ਤੇ ਉਦੋਂ ਪਰਮਾਤਮਾ ਦਾ ਹੁਕਮ ਇਹੀ ਹੁੰਦਾ ਕਿ ਤੂੰ ਸਿਰਫ ਤੇ ਸਿਰਫ ਮੇਰਾ ਨਾਮ ਸਿਮਰਨ ਕਰਕੇ ਮੇਰੇ ਨਾਲ ਜੋੜ ਕਰਨਾ ਹੈ, ਜੋਗ ਕਰਨਾ ਹੈ, ਬਸ ਸੰਸਾਰ ਦੇ ਵਿੱਚ ਤੇਰਾ ਇਹੀ ਕਰਮ ਹੈ। ਤੈਨੂੰ ਜੋ ਸਾਂਸਾਂ ਦੀ ਪੂੰਜੀ ਦਿੱਤੀ ਹੈ, ਇਹ ਇੱਕ ਰਾਤ ਦਾ ਸਮਾਂ ਤੈਨੂੰ ਦਿੱਤਾ ਹੋਇਆ, ਇਹ ਰਾਤ ਦਾ ਸਮਾਂ ਬਿਤਾ ਕੇ ਤੂੰ ਮੇਰੇ ਕੋਲ ਵਾਪਸ ਆਏਗਾ, ਔਰ ਇਹਦੇ ਵਿੱਚ ਇਹੀ ਕਰਮ ਕਰਨਾ ਕਿ ਤੂੰ ਮੇਰਾ ਨਾਮ ਸਿਮਰਨ ਕਰਨਾ। ਸਗਲ ਧਰਮ ਹੈ ਸ੍ਰਿਸ਼ਟ ਧਰਮ, ਜਪ ਨਾਮ ਕੇਵਲ ਨੇਹ ਕਰਮ, ਨੇਹ ਕਰਮ ਹੋ ਕੇ ਜਦੋਂ ਅਸੀਂ ਨਾਮ ਸਿਮਰਨ ਕਰਾਂਗੇ ਸੁਰਤੀਆਂ ਜੋੜ ਕੇ, ਉਦੋਂ ਪਰਮਾਤਮਾ ਦੀ ਕਿਰਪਾ ਅਵਸ਼ ਹੀ ਪ੍ਰਾਪਤ ਹੋ ਜਾਂਦੀ ਹੈ। ਹੁਣ ਗੁਰੂ ਸਾਹਿਬ ਕਹਿੰਦੇ ਆ ਪੰਜਵੇਂ ਪਾਤਸ਼ਾਹ, ਸਰਨ ਜਾਮ ਲਾਗ ਭਵਜਲ ਧਰਨ ਕੀ, ਜਨਮ ਬਿਰਥਾ ਜਾਤ ਰੰਗ ਮਾਇਆ ਕੇ। ਹੁਣ ਗੁਰੂ ਸਾਹਿਬ ਸੰਸਾਰ ਦੀ ਸਥਿਤੀ ਦੱਸਦੇ ਆ, ਭਾਈ ਭਲਿਆ ਲੋਕਾਂ, ਇਹ ਸੰਸਾਰ ਜਿਹੜਾ ਨਾ ਮਾਇਆ ਦੇ ਰੰਗ ਵਿੱਚ ਫਸਿਆ ਹੋਇਆ, ਪਰਮਾਤਮਾ ਨੂੰ ਘੱਟ ਜਾਣਦਾ ਹੈ, ਨਾਮ ਦੀ ਕੀਮਤ ਨੂੰ ਘੱਟ ਜਾਣਦਾ ਹੈ, ਪਰ ਗੁਰੂ ਸਾਹਿਬ ਸਾਨੂੰ ਬਖਸ਼ਿਸ਼ ਕਰਦੇ ਆ, ਭਾਈ ਤੂੰ ਪਰਮਾਤਮਾ ਦੇ ਆਰੇ ਲੱਗ, ਨਾਮ ਸਿਮਰਨ ਕਰਨ ਦੇ ਆਰੇ ਲੱਗ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮਾ। ਹੁਣ ਗੁਰੂ ਸਾਹਿਬ ਸਾਨੂੰ ਇਹ ਸਮਝਾਉਂਦੇ ਆ, ਹੇ ਗੁਰਮੁਖੋ, ਹੇ ਮਨੁੱਖੋ, ਤੁਸੀਂ ਪਰਮਾਤਮਾ ਦੀ ਸ਼ਰਨ ਹੋ ਕੇ ਪਰਮਾਤਮਾ ਨੂੰ ਇਹ ਬੇਨਤੀ ਲਾਉਂਦੇ ਰਹੋ ਕਿ ਅਸੀਂ ਤਾਂ ਔਗਣ ਹਾਰੇ ਹਾਂ ਸੱਚੇ ਪਾਤਸ਼ਾਹ, ਕਿਰਪਾ ਕਰੋ। ਕਹੋ ਨਾਨਕ ਹਮ ਨੀਚ ਕਰਮਾ, ਨੀਚ ਕਰਮ ਕੀ ਹੈ, ਵੀ ਅਸੀਂ ਔਗਣ ਹਾਰੇ ਹਾਂ, ਸਾਡੇ ਤੋਂ ਗਲਤੀਆਂ ਹੋਈਆਂ, ਬੜੀਆਂ ਭੁੱਲਾਂ ਹੋਈਆਂ, ਤੁਸੀਂ ਬਖਸ਼ਣ ਹਾਰੋ ਸੱਚੇ ਪਾਤਸ਼ਾਹ, ਕਿਰਪਾ ਕਰੋ। ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮ, ਅਸੀਂ ਤੇਰੀ ਸ਼ਰਨ ਦੇ ਵਿੱਚ ਆ ਗਿਆ ਸੱਚੇ ਪਾਤਸ਼ਾਹ। ਜਿਵੇਂ ਅਸੀਂ ਗੁਰੂ, ਹੁਣ ਮੈਂ ਕਹਿ ਕੇ ਹਟਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਦੇ ਵਿੱਚ ਸੁਰਤੀਆਂ ਜੋੜ ਕੇ ਜਦੋਂ ਅਸੀਂ ਬੈਠ ਜਾਈਏ ਅਤੇ ਸੁਰਤੀ ਨੂੰ ਪਰਮਾਤਮਾ ਨੂੰ ਸਮਰਪਿਤ ਕਰ ਦਈਏ, ਅਤੇ ਪਰਮਾਤਮਾ ਦੀ ਕਿਰਪਾ ਅਵਸ਼ ਹੀ ਪ੍ਰਾਪਤ ਹੋ ਜਾਂਦੀ ਹੈ। ਅਤੇ ਗੁਰੂ ਸਾਹਿਬ ਵੀ ਇਹੀ ਕਹਿੰਦੇ ਆ, ਭਾਈ ਇਹ ਸਰੰਜਾਮ ਲੱਗ ਜਾ, ਇਹ ਕਿਰਤ ਲੱਗ ਜਾ, ਇਹ ਧੰਦੇ ਲੱਗ ਜਾ ਤੂੰ ਨਾਮ ਸਿਮਰਨ ਕਰਨ ਦੇ। ਹੁਣ ਇਹ ਨਾਮ ਹੈ ਕੀ ਚੀਜ਼? ਗੁਰੂ ਸਾਹਿਬ ਗੁਰਬਾਣੀ ਸਾਨੂੰ ਬਖਸ਼ਿਸ਼ ਕਰਦੀ ਹੈ, ਅੰਮ੍ਰਿਤ ਨਾਮ ਨਿਦਾਨ ਹੈ, ਮਿਲ ਪੀਵੋ ਪਾਈ। ਇਹ ਨਾਮ ਉਸ ਪਰਮ ਪਿਤਾ ਪਰਮਾਤਮਾ ਦਾ ਹੀ ਨਾਮ ਹੈ, ਉਸ ਨਾਮੀ ਦਾ ਹੀ ਨਾਮ ਹੈ। ਨਾਮ ਔਰ ਨਾਮੀ ਇੱਕੋ ਹੀ ਚੀਜ਼ ਹੈ, ਨਾਮ ਵੀ ਸੱਚਾ ਔਰ ਨਾਮੀ ਵੀ ਸੱਚਾ। ਸ੍ਰਿਸ਼ਟੀ ਦੇ ਉੱਤੇ ਇਹ ਸਾਰੀ ਸ੍ਰਿਸ਼ਟੀ ਜਿਹੜੀ ਬਣੀ ਹੈ ਇਹ ਉਸ ਨਾਮ ਦੇ ਸਦਕਾ ਹੀ ਬਣੀ ਹੈ। ਗੁਰੂ ਸਾਹਿਬ ਸੁਖਮਨੀ ਸਾਹਿਬ ਦੇ ਵਿੱਚ ਬਖਸ਼ਿਸ਼ ਕਰਦੇ ਆ, ਜਾਂ ਹੋਰ ਵੀ ਕਈ ਥਾਵਾਂ 'ਤੇ ਬਖਸ਼ਿਸ਼ ਕੀਤੀ ਹੈ, ਨਾਮ ਕੇ ਧਾਰੇ ਜੀ ਜੰਤ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ
ਖੰਡ ਬ੍ਰਹਿਮੰਡ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਸਾਨੂੰ ਗੁਰਬਾਣੀ ਦੇ ਵਿੱਚ ਹਰ ਥਾਂ ਦੇ ਉੱਤੇ ਇਹ ਬਖਸ਼ਿਸ਼ ਕਰਦੇ ਕਿ ਸਾਰੀ ਸ੍ਰਿਸ਼ਟੀ ਜਿਹੜੀ ਹੈ ਚੰਦ ਸੂਰਜ ਪੌਣ ਪਾਣੀ ਬਸੰਤਰ ਇਹ ਪਹਾੜ ਨਦੀਆਂ ਨਾਲੇ ਇਹ ਧਰਤੀ ਇਹ ਜਲ ਸਮੁੰਦਰ ਇਹ ਸਾਰਾ ਉਸ ਪਰਮ ਪਿਤਾ ਪਰਮਾਤਮਾ ਦੇ ਨਾਮ ਦੇ ਸਿਮਰਨ ਨਾਲ ਬਣਿਆ। ਹੁਣ ਗੁਰੂ ਸਾਹਿਬ ਬਖਸ਼ੇ ਇਹ ਨਾਮ ਭਾਈ ਕੀ ਹੈ? ਅੰਮ੍ਰਿਤ ਹੈ। ਜਿੱਥੇ ਇਹ ਜਾਏਗਾ, ਜਿਸ ਹਿਰਦੇ ਦੇ ਵਿੱਚ ਟਿਕੇਗਾ, ਜਿਸ ਵਸਤ ਦੇ ਵਿੱਚ ਸ਼ਾਮਲ ਹੋਏਗਾ, ਉਹ ਸ਼ੀਤਲ ਹੋ ਜਾਏਗੀ। ਦੇਖੋ ਸੂਰਜ ਹੈ, ਇੰਨੀ ਤੇਜ ਅਗਨੀ ਹੈ ਉਸਦੀ, ਇੰਨਾ ਤਾਪ ਹੈ, ਪਰ ਜਦੋਂ ਇਹ ਨਾਮ ਦੀ ਕਿਰਪਾ ਹੁੰਦੀ ਹੈ ਨਾ, ਤੇ ਇਹ ਸੂਰਜ ਵੀ ਜਿਹੜਾ ਹੈ ਚੰਦ ਦਾ ਸਰੂਪ ਬਣ ਜਾਂਦਾ ਹੈ। ਜਦੋਂ ਸਾਡੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਨਾਮ ਦੀ ਕਿਰਪਾ ਹੁੰਦੀ ਹੈ ਨਾ, ਇਹ ਕੋਟ ਸੂਰਜ ਦਾ ਦਿਆਰਾ ਜਿਹੜਾ ਪਰਮਾਤਮਾ ਦਾ ਸਰੂਪ ਹੈ, ਇਹ ਵੀ ਚੰਦਰਮਾ ਸਰੂਪ ਹੋ ਕੇ ਸਾਡੇ ਹਿਰਦੇ ਦੇ ਵਿੱਚ ਸਾਡੇ ਦਸਵੇਂ ਦੁਆਰ ਦੇ ਵਿੱਚ ਪ੍ਰਗਟ ਹੋਣਾ ਸ਼ੁਰੂ ਹੋ ਜਾਂਦਾ, ਉਹ ਸਾਨੂੰ ਦਿਸਦਾ। ਇੰਨਾ ਤੇਜ ਹੁੰਦਿਆਂ ਹੋਇਆ ਇਹ ਚੰਦਰਮਾ ਦਾ ਸਰੂਪ ਬਣ ਜਾਂਦਾ। ਇਸ ਤਰ੍ਹਾਂ ਦੀ ਇੱਕ ਇਤਿਹਾਸ ਦੇ ਵਿੱਚੋਂ, ਸਿੱਖ ਇਤਿਹਾਸ ਤੋਂ ਬਾਹਰ ਦੀ ਮੈਂ ਗੱਲ ਕਰਦਾ, ਕਿ ਜਦੋਂ ਹਨੂੰਮਾਨ ਜੀ ਨੇ ਕਹਿੰਦੇ ਆ ਵੀ ਚੰਦਰਮਾ ਫੜ ਕੇ ਮੂੰਹ ਦੇ ਵਿੱਚ ਪਾ ਲਿਆ, ਸੂਰਜ ਨੂੰ ਪਕੜ ਕੇ, ਕਿੰਨਾ ਤਾਪ ਹੈ ਜੇ ਉਸਦੇ ਕੋਲੇ ਜਾਈਏ ਨਾ ਅਸੀਂ, ਤੇ ਉੱਥੇ ਕੋਈ ਵੀ ਵਸਤੂ ਜਿਹੜੀ ਉਹ ਸੁਆਹ ਬਣ ਜਾਂਦੀ ਹੈ, ਰਾਖ ਬਣ ਜਾਂਦੀ ਹੈ। ਪਰ ਹਨੂੰਮਾਨ ਜੀ ਨਾਮ ਦੀ ਸ਼ਕਤੀ, ਕਿਉਂਕਿ ਹਨੂੰਮਾਨ ਕੋਲ ਕੀ ਸੀ? ਪਰਮਾਤਮਾ ਦੇ ਨਾਮ ਦੀ ਸ਼ਕਤੀ। ਔਰ ਉਸਨੇ ਉਹ ਸੂਰਜ ਨੂੰ ਪਕੜ ਕੇ ਮੂੰਹ ਦੇ ਵਿੱਚ ਪਾ ਲਿਆ ਔਰ ਆਪਣੀ ਮਰਜ਼ੀ ਨਾਲ ਉਸਨੂੰ ਮੂੰਹ ਦੇ ਵਿੱਚ ਰੱਖਿਆ, ਔਰ ਜਦੋਂ ਛੱਡਿਆ ਤੇ ਉਦੋਂ ਸਾਰੇ ਦੇਵੀ ਦੇਵਤਿਆਂ ਨੇ ਬੇਨਤੀ ਕੀਤੀ ਤੇ ਫਿਰ ਛੱਡਿਆ। ਤੋ ਇਸ ਤਰ੍ਹਾਂ ਦੇ ਨਾਲ ਇਹ ਅੰਮ੍ਰਿਤ ਗੁਰਬਾਣੀ ਸਾਨੂੰ ਬਖਸ਼ਿਸ਼ ਕਰਦੀ ਹੈ। ਅੰਮ੍ਰਿਤ ਨਾਮ ਨਿਦਾਨ ਹੈ, ਮਿਲ ਪੀਵੋ ਪਾਈ। ਅੰਮ੍ਰਿਤ ਇਹ ਨਾਮ ਜਿਹੜਾ ਹੈ ਅੰਮ੍ਰਿਤ ਹੈ, ਔਰ ਅੰਮ੍ਰਿਤ ਦਾ ਇਹ ਗੁਣ ਹੈ ਕਿ ਜਿੱਥੇ ਵੀ ਉਹ ਜਾਏਗਾ ਉਹ ਉਸ ਵਸਤੂ ਨੂੰ ਅਮਰ ਕਰ ਦੇਗਾ, ਜੀਵਤ ਕਰ ਦੇਗਾ, ਸਦਾ ਜਿਉਣ ਵਾਲੀ ਕਰ ਦੇਗਾ। ਚਾਹੇ ਕੋਈ ਵੀ ਹੋਵੇ, ਚਾਹੇ ਕੋਈ ਪਸ਼ੂ ਹੋਵੇ, ਚਾਹੇ ਕੋਈ ਪਕਸ਼ੀ ਹੋਵੇ, ਤੇ ਜੇ ਕੋਈ ਬੰਦਾ ਇਸ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰ ਲਏ ਤੇ ਫਿਰ ਤਾਂ ਕਹਿਣਾ ਕੀ ਹੈ, ਬੰਦਾ ਪਰਮਾਤਮਾ ਦਾ ਸਰੂਪ ਹੋ ਜਾਂਦਾ। ਸੋਹਿੰ ਇਹ ਆਤਮਾ ਜਿਹੜੀ ਹੈ ਉਸ ਪਰਮ ਪਿਤਾ ਪਰਮਾਤਮਾ ਦਾ ਹੀ ਸਰੂਪ ਹੈ। ਤੋ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਭਾਈ, ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੈ ਸੋ ਜੀਵੈ। ਇਹ ਬਖਸ਼ਿਸ਼ ਦੱਸਦੇ ਆ ਗੁਰੂ ਸਾਹਿਬ ਕਿ ਜਿਸ ਹਿਰਦੇ ਦੇ ਵਿੱਚ ਅੰਮ੍ਰਿਤ ਨਾਮ ਦਾ ਸਿਮਰਨ ਹੋ ਗਿਆ, ਅੰਮ੍ਰਿਤ ਹਿਰਦੇ ਦੇ ਵਿੱਚ ਵਸ ਗਿਆ, ਉਹ ਜੀਵਤ ਹੋ ਜਾਂਦਾ ਹੈ। ਅਸੀਂ ਜਿਹੜੇ ਫਿਲਹਾਲ ਜਿਹੜੇ ਹੈ ਨਾ, ਮਾਇਆ ਦੇ ਆਧਾਰਿਤ ਮਨੁੱਖ ਜਿਹੜੇ ਹੈ ਉਹ ਮ੍ਰਿਤ ਹੈ। ਮਨੁੱਖ ਜੀਵਤ ਉਦੋਂ ਹੁੰਦਾ ਜਦੋਂ ਪਰਮਾਤਮਾ ਦਾ ਨਾਮ ਗੁਰੂ ਤੋਂ ਲੈ ਕੇ ਸਿਮਰਨ ਕਰਦਾ ਹੈ, ਗੁਰੂ ਦੀ ਮੱਤ ਦੇ ਅਨੁਸਾਰ, ਗੁਰਮਤ ਦੇ ਅਨੁਸਾਰ, ਗੁਰੂ ਦੀ ਰਜ਼ਾ ਦੇ ਅਨੁਸਾਰ, ਪਰਮਾਤਮਾ ਦੇ ਸਿਧਾਂਤ ਦੇ ਅਨੁਸਾਰ ਜਦੋਂ ਪਰਮਾਤਮਾ ਦਾ ਨਾਮ ਸਿਮਰਨ ਕਰਦਾ ਹੈ ਤੇ ਉਦੋਂ ਇਹ ਜੀਵ ਆਤਮਾ ਜਿਹੜੀ ਹੈ ਨਾ ਜੀਵਤ ਹੋ ਕੇ ਪਰਮ ਪਿਤਾ ਪਰਮਾਤਮਾ ਦੀ ਜੋਤ ਦੇ ਵਿੱਚ ਅਭੇਦ ਹੋ ਜਾਂਦੀ ਹੈ, ਮਿਲਣ ਕਰ ਲੈਂਦੀ ਹੈ। ਇਹ
ਜੀਵ ਆਤਮਾ ਦਾਤਾ, ਕਿਉਂਕਿ ਜਦੋਂ ਸਾਨੂੰ ਸਰੀਰ ਦੇ ਵਿੱਚ ਬੰਦਿਸ਼ਾਂ ਲਾ ਕੇ, ਉਮਰ ਦੀ ਬੰਦਿਸ਼ ਲਾ ਕੇ, ਆਜੂ ਦੀ ਬੰਦਿਸ਼ ਲਾ ਕੇ, ਸਾਹਾਂ ਦੀ ਬੰਦਿਸ਼ ਲਾ ਕੇ, ਕਰਮ ਦੀ ਬੰਦਿਸ਼ ਲਾ ਕੇ ਪਰਮਾਤਮਾ ਇਸ ਸੰਸਾਰ ਦੇ ਵਿੱਚ ਭੇਜਦਾ ਹੈ ਨਾ, ਉਦੋਂ ਉਹ ਨਿਰਮਲ ਆਤਮਾ ਪਰਮਾਤਮਾ ਦਾ ਸਰੂਪ ਹੈ, ਜਿਹੜੀ ਕਿ ਨਿਰਮਲ ਆਤਮਾ ਹੀ ਜੀਵ ਆਤਮਾ ਬਣ ਜਾਂਦੀ ਹੈ। ਔਰ ਜਦੋਂ ਜੀਵ ਆਤਮਾ ਬਣ ਜਾਂਦੀ ਹੈ, ਇਹ ਨਾਮ ਸਿਮਰਨ ਕਰਦੀ ਹੋਈ ਇਹਨਾਂ ਬੰਦਰਾਂ ਤੋਂ ਰਹਿਤ ਹੋ ਜਾਂਦੀ ਹੈ, ਬੰਦਰ ਇਹਦੇ ਹਟ ਜਾਂਦੇ ਆ ਨਾਮ ਸਿਮਰਨ ਦੀ ਵਜ੍ਹਾ ਕਰਕੇ। ਇਹਨੂੰ ਪਾਪ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਜਿਹੜੀ ਅਵਸਥਾ ਲੱਗੀ ਹੈ, ਬੰਧਨ ਲੱਗੇ ਹੋਏ ਆ, ਇਹ ਹਟ ਜਾਂਦੇ ਆ। ਔਰ ਜਦੋਂ ਇਹ ਹਟ ਜਾਂਦੇ ਆ, ਉਦੋਂ ਇਹ ਆਤਮਾ ਜਿਹੜੀ ਹੈ ਜੀਵ ਆਤਮਾ ਨਾਲ ਰਹਿ ਕੇ ਨਿਰਮਲ ਆਤਮਾ ਬਣ ਜਾਂਦੇ ਆ। ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਪਾਤਸ਼ਾਹ ਲਾਗੋ ਹਰ ਫਿਰਿਆ ਕਹਿਤ ਕਬੀਰ ਕਬੀਰ। ਇਹ ਮਨ ਸਾਡਾ ਨਿਰਮਲ ਹੋ ਜਾਂਦਾ, ਜਦੋਂ ਮਨ ਨਿਰਮਲ ਹੋ ਜਾਂਦਾ ਹੈ ਉਦੋਂ ਪਰਮ ਪਿਤਾ ਪਰਮਾਤਮਾ ਨਾਲ ਇਸ ਆਤਮਾ ਦਾ ਮਿਲਣ ਹੋ ਜਾਂਦਾ। ਔਰ ਪਰਮ ਪਿਤਾ ਪਰਮਾਤਮਾ ਵੀ ਕਿਤੇ ਦੂਰ ਨਹੀਂ ਹੈ, ਸਾਡੇ ਹਿਰਦੇ ਦੇ ਵਿੱਚ ਹੀ ਉਹ ਬਿਰਾਜਮਾਨ ਹੁੰਦਾ ਹੈ। ਜਦੋਂ ਅਸੀਂ ਨਾਮ ਨਹੀਂ ਸਿਮਰਨ ਕਰਦੇ, ਇਹ ਹਿਰਦੇ ਚੋਂ ਨਿਕਲ ਕੇ ਦਸਵੇਂ ਦੁਆਰ ਦੇ ਵਜਰ ਕਪਾਟ ਦੇ ਵਿੱਚ ਗੁਫਾ ਦੇ ਅੰਦਰ ਦਰਵਾਜ਼ਾ ਬੰਦ ਕਰਕੇ, ਵਜਰ ਕਪਾਟ ਜਿਹਨੂੰ ਅਸੀਂ ਕਹਿੰਦੇ ਹਾਂ, ਬੰਦ ਕਰਕੇ ਆਰਾਮ ਨਾਲ ਸੌ ਜਾਂਦਾ। ਔਰ ਸਾਡੀ ਆਤਮਾ ਆਪਣੀ ਮਰਜ਼ੀ ਦੇ ਕਰਮ ਕਰਦੀ ਹੈ, ਪਾਪ ਕਰਮ ਕਰਦੀ ਫਿਰਦੀ ਹੈ, ਦੁਸ਼ਟਤਾਈਆਂ ਕਰਦੀ ਹੈ, ਬੁਰਾਈਆਂ ਕਰਦੀ ਹੈ, ਲੋਕਾਂ ਨਾਲ ਧੱਕੇ ਕਰਦੀ ਹੈ, ਜ਼ੋਰ ਕਰਦੀ ਹੈ। ਪਰ ਜਦੋਂ ਪਰਮਾਤਮਾ ਦਾ ਨਾਮ ਸਾਡੇ ਹਿਰਦੇ 'ਚ ਆਉਂਦਾ ਹੈ, ਤਾਂ ਉਦੋਂ ਇਹ ਆਤਮਾ ਦੀ ਅਗਨੀ ਜਿਹੜੀ ਹੈ, ਦੁਰਮਤ ਜਿਹੜੀ ਹੈ, ਉਹ ਸਭ ਨਸ਼ਟ ਹੋ ਜਾਂਦੀ ਹੈ। ਔਰ ਪਰਮਾਤਮਾ ਦੀ ਮੱਤ 'ਤੇ ਧਾਰਨ ਕਰਕੇ ਪਰਮਾਤਮਾ ਨਾਲ ਮਿਲਣ ਕਰ ਲੈਂਦੀ। ਸਾਧ ਸੰਗਤ ਜੀ, ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ, ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ। ਹੁਣ ਗੁਰੂ ਸਾਹਿਬ ਬਖਸ਼ਿਸ਼ ਇਹ ਵੀ ਕਰਦੇ ਆ, ਭਾਈ ਇਹ ਨਾਮ ਜਿਹੜਾ ਹੈ, ਜਿੰਨੀ ਨਾਮ ਤੇ ਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਇਹ ਨਾਮ ਦੇ ਸਦਕਾ ਉਸ ਆਤਮਾ ਦਾ ਮੁੱਖ ਜਿਹੜਾ ਹੈ ਪਰਮਾਤਮਾ ਦੇ ਦੁਆਰੇ ਤੇ ਉੱਜਲ ਹੋ ਜਾਂਦਾ, ਭਾਵ ਉਸਨੂੰ ਸਨਮਾਨ ਮਿਲਦਾ, ਉਸਨੂੰ ਸਤਿਕਾਰ ਮਿਲਦਾ। ਪਰਮਾਤਮਾ ਉਸਨੂੰ ਜੀ ਆਇਆਂ ਆਖਦਾ ਹੈ ਕਿ ਜਿਸ ਆਤਮਾ ਨੇ ਪਰਮਾਤਮਾ ਦਾ ਨਾਮ ਸਿਮਰਨ ਕੀਤਾ ਹੈ, ਉਸ ਨੂੰ ਪਰਮ ਪਿਤਾ ਪਰਮਾਤਮਾ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ, ਪਰਮਾਤਮਾ ਉਸਦਾ ਸਤਿਕਾਰ ਕਰਦਾ, ਉਸ ਨੂੰ ਜੀ ਆਇਆਂ ਆਖਦਾ, ਉਸ ਨੂੰ ਆਪਣੇ ਦੁਆਰੇ ਦਾ ਆਸਣ ਬਖਸ਼ਦਾ ਹੈ। ਇਹ ਗੁਰੂ ਦੀ ਬਖਸ਼ਿਸ਼ ਹੈ। ਤੋ ਸਾਧ ਸੰਗਤ ਜੀ, ਇਸ ਤਰ੍ਹਾਂ ਦੇ ਨਾਲ ਹੁਣ ਗੁਰੂ ਸਾਹਿਬ ਸਾਨੂੰ ਇਹ ਵੀ ਬਖਸ਼ਿਸ਼ ਕਰਦੇ ਆ ਵੀ ਇਹ ਨਾਮ ਦੀ ਕੀਮਤ ਕਿਹਨੇ ਵਿਰਲੇ ਪਾਈ। ਇਸ ਨਾਮ ਨੂੰ ਪਤਾ ਹੈ ਸਾਨੂੰ ਸਾਰੇ ਸੰਸਾਰ ਦੇ ਲੋਕਾਂ ਨੂੰ ਕਿ ਨਾਮ ਨਾਲ ਅਸੀਂ ਸੁੱਖ ਪ੍ਰਾਪਤ ਕਰ ਲਵਾਂਗੇ, ਇਸ ਮਨ ਸਾਡਾ ਅਗਨੀ ਤੋਂ ਰਹਿਤ ਹੋ ਜਾਏਗਾ, ਜਿਹੜੀ ਦੁੱਖਾਂ ਦੀ ਕਲੇਸ਼ਾਂ ਦੀ ਅਗਨੀ ਸਾਨੂੰ ਸਾੜ ਰਹੀ ਹੈ ਉਹ ਸਾਰੇ ਗੇ ਨਹੀਂ, ਸਾਨੂੰ ਸੁੱਖਾਂ ਦੀ ਪ੍ਰਾਪਤੀ ਹੋ ਜਾਏਗੀ। ਨੌਵੇਂ ਪਾਤਸ਼ਾਹ ਨੇ ਵੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ, ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲਈ। ਅਤੇ ਜਦੋਂ ਅਸੀਂ ਨਾਮ ਦੁਆਰਾ ਰਾਮ ਦੀ ਸ਼ਰਨ ਲਵਾਂਗੇ ਨਾ, ਤਾਂ ਉਦੋਂ ਸਾਨੂੰ ਸੁੱਖ ਮਿਲ ਜਾਣਗੇ। ਸਾਨੂੰ ਸਾਰੇ ਸੰਸਾਰ ਦੇ ਲੋਕਾਂ ਨੂੰ ਪਤਾ ਹੈ, ਪਰ ਅਸੀਂ ਇਹ ਕਰਮ ਨਹੀਂ ਕਰਦੇ। ਕੌਣ ਕਰਦਾ? ਕੋਈ ਵਿਰਲਾ, ਜਿਸ 'ਤੇ ਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਜਿਹੜਾ ਗੁਰੂ ਦੀ ਕਿਰਪਾ ਨਾਲ ਉਸ ਪਰਮ ਪਿਤਾ ਪਰਮਾਤਮਾ ਨਾਲ ਜੁੜ ਜਾਂਦਾ ਹੈ। ਪਰ ਜੁੜਦਾ ਕਿਵੇਂ ਹੈ? ਨਾਮ ਸਿਮਰਨ ਦੇ ਸਦਕਾ। ਹੁਣ ਗੁਰੂ ਸਾਹਿਬ ਸਾਨੂੰ ਬਖਸ਼ਿਸ਼ ਕਰਦੇ ਆ ਵੀ ਭਾਈ ਇਸ ਨਾਮ ਦੀ ਕੀਮਤ ਜਿਹੜੀ ਹੈ ਕਿਸੇ ਵਿਰਲੇ ਨੇ ਪਾਈ ਹੈ, ਹਰੇਕ ਬੰਦਾ ਨਹੀਂ ਪਾ ਸਕਦਾ। ਗੁਰੂ ਸਾਹਿਬ ਸਾਨੂੰ ਬਖਸ਼ਿਸ਼ ਕਰਦੇ ਆ ਕਿ ਜਿਸ ਬੰਦੇ ਨੇ ਇਸ ਨਾਮ ਦੀ ਕੀਮਤ ਨੂੰ ਸਮਝ ਲਿਆ, ਤੇ ਉਸ ਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ। ਤੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਕਿ ਐਸਾ ਨਾਮ
ਨਿਰੰਜਣ ਹੋਵੇ ਜੇ ਕੋ ਮਨ ਜਾਣੈ ਮਨ ਕੋਈ। ਕਹਿੰਦੇ ਵੀ ਇਹ ਨਾਮ ਜਿਹੜਾ ਹੈ ਨਾ, ਜਿਹੜਾ ਜੀਵ ਆਤਮਾ ਮਨ ਤੋਂ, ਸੁੱਚੇ ਮਨ ਤੋਂ, ਸੱਚੇ ਮਨ ਤੋਂ ਉਸ ਪਰਮ ਪਿਤਾ ਪਰਮਾਤਮਾ ਦਾ ਨਾਮ ਸਿਮਰਨ ਕਰਦੀ ਹੈ ਨਾ, ਅਤੇ ਉਸ ਪਰਮ ਪਿਤਾ ਪਰਮਾਤਮਾ ਨਾਲ ਯੋਗ ਕਰ ਲੈਂਦੀ ਹੈ, ਮਿਲਣ ਕਰ ਲੈਂਦੀ ਹੈ। ਇਹ ਬਖਸ਼ਿਸ਼ ਹੈ ਗੁਰੂ ਸਾਹਿਬ ਦੀ। ਐਸਾ ਨਾਮ ਨਿਰੰਜਨ ਹੋਏ ਅਤੇ ਜਦੋਂ ਮਿਲਣ ਹੁੰਦਾ ਨਾ ਜੋਤ ਆਤਮਾ ਦਾ ਪਰਮਾਤਮਾ ਨਾਲ, ਅਤੇ ਉਦੋਂ ਸਾਡਾ ਇਹ ਸਰੂਪ ਵੀ ਜਿਹੜਾ ਹੈ ਇਸ ਸੰਸਾਰ ਦੇ ਵਿੱਚ ਬੈਠਿਆ ਹੋਇਆ ਹੀ ਜੀਵਤ ਪਦਵੀ ਨੂੰ ਪ੍ਰਾਪਤ ਹੋ ਕੇ, ਪਰਮ ਪਿਤਾ ਪਰਮਾਤਮਾ ਦੀਆਂ ਬਖਸ਼ਾਂ ਪ੍ਰਾਪਤ ਕਰਕੇ ਪਰਮ ਪਿਤਾ ਪਰਮਾਤਮਾ ਦਾ ਸਰੂਪ ਹੋ ਜਾਂਦਾ ਹੈ ਉਸ ਜੀ, ਉਸ ਮਨੁੱਖ, ਉਸ ਗੁਰਮੁਖ ਪਿਆਰੇ ਨੂੰ, ਉਸ ਜੇ ਅਸੀਂ ਕਹੀਏ ਨਾਮ ਦੇ ਰਸੀਏ ਨੂੰ ਗੁਰਬਾਣੀ ਬ੍ਰਹਮ ਗਿਆਨੀ ਕਹਿੰਦੀ ਹੈ। ਯਾਨੀ ਇਹ ਬ੍ਰਹਮ ਗਿਆਨੀ ਦੀ ਪਦਵੀ ਨੂੰ ਪ੍ਰਾਪਤ ਹੋ ਜਾਂਦੀ ਹੈ ਇਹ ਗੁਰਮੁਖ ਆਤਮਾ। ਜਦੋਂ ਗੁਰਮੁਖ ਆਤਮਾ ਪਰਮਾ ਗਿਆਨੀ ਬ੍ਰਹਮ ਗਿਆਨ ਨੂੰ ਪ੍ਰਾਪਤ ਹੋ ਜਾਂਦੀ ਹੈ ਤੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ। ਸੁਖਮਣੀ ਸਾਹਿਬ ਦੇ ਵਿੱਚ ਤੁਸੀਂ ਪੜ੍ਹੋਗੇ ਤੇ ਬ੍ਰਹਮ ਗਿਆਨੀ ਦੀਆਂ ਪਦੀਆਂ ਹੈ। ਗੁਰੂ ਸਾਹਿਬ ਕਹਿੰਦੇ ਆ ਬ੍ਰਹਮ ਗਿਆਨੀ ਆਪ ਪਰਮੇਸ਼ਰ, ਜਿਸਨੇ ਨਾਮ ਦੇ ਸਦਕਾ ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਲਿਆ। ਜਾਣਨਾ ਹੈ, ਅਸੀਂ ਜਾਣਨਾ ਕੀ ਹੈ ਕਿ ਆਪਣੀ ਹਉਮੈ ਨੂੰ ਮਿਟਾ ਕੇ, ਆਪਣੀ ਮੈਂ ਮੇਰੇ ਨੂੰ ਮਿਟਾ ਕੇ, ਆਪਣੇ ਵਜੂਦ ਨੂੰ ਖਤਮ ਕਰਕੇ ਸਿਰਫ ਉਸ ਪਰਮ ਪਿਤਾ ਪਰਮਾਤਮਾ ਜਿਸ ਨੂੰ ਅਸੀਂ ਤੂੰ ਕਹਿੰਦੇ ਹਾਂ, ਅਸੀਂ ਮੈਂ ਨੂੰ ਛੱਡ ਕੇ ਤੂੰ ਤੂੰ ਤੇ ਆ ਜਾਣਾ ਹੈ। ਜਦੋਂ ਅਸੀਂ ਤੂੰ ਤੂੰ ਦਾ ਸਿਮਰਨ ਕਰਨਾ ਸ਼ੁਰੂ ਕਰ ਦੇਣਾ ਨਾ, ਤੇ ਉਦੋਂ ਉਸ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ ਹੋਣੀ ਹੈ, ਤੇ ਉਹ ਪਰਮ ਪਿਤਾ ਪਰਮਾਤਮਾ ਸਾਡੇ ਅੰਦਰ ਵਿਰਾਜਮਾਨ ਹੋ ਕੇ ਬ੍ਰਹਮ ਗਿਆਨੀ ਆਪ ਪਰਮੇਸ਼ਰ ਐਸੀ ਅਵਸਥਾ ਬਣ ਜਾਂਦੀ ਹੈ। ਫਿਰ ਐਸੀ ਅਵਸਥਾ ਦੇ ਵਿੱਚ ਜਿਹੜੇ ਮਹਾਂਪੁਰਸ਼, ਜਿਹੜੇ ਗੁਰਮੁਖ ਪਿਆਰੇ, ਜਿਹੜੇ ਸੰਤ ਜਾਣਨ, ਜਿਹੜੇ ਸਾਧ ਜਾਣਨ, ਜਿਹੜੇ ਖਾਲਸੇ, ਜਿਹੜੇ ਗੁਰਸਿੱਖ ਮੁੱਖ ਤੋਂ ਜੋ ਵੀ ਬਚਨ ਬੋਲ ਦਿੰਦੇ ਹੈ, ਸੰਗਤਾਂ ਆਉਂਦੀਆਂ, ਸੱਚੇ ਪਾਤਸ਼ਾਹ ਗੁਰੂ ਦੇ ਦਰ 'ਤੇ ਆ ਕੇ ਬੇਨਤੀ ਕਰਦੇ ਹੈ ਕਿਰਪਾ ਕਰੋ, ਮਹਾਂਪੁਰਸ਼ਾਂ ਕੋਲ ਆ ਕੇ ਕਿਰਪਾ ਬੋਲਦੇ ਹੈ, ਸੱਚੇ ਪਾਤਸ਼ਾਹ ਕਿਰਪਾ ਕਰੋ, ਅਤੇ ਉਹ ਮਹਾਂਪੁਰਸ਼ ਕਹਿ ਦਿੰਦੇ ਆ ਭਾਈ ਵਾਹਿਗੁਰੂ ਭਲਾ ਕਰੂੰਗਾ। ਸਿਰਫ ਇੰਨਾ ਹੀ ਕਹਿਣਾ ਮਹਾਂਪੁਰਸ਼ਾਂ ਨੇ, ਬਸ ਵਾਹਿਗੁਰੂ ਉਹਨਾਂ ਮਹਾਂਪੁਰਸ਼ਾਂ ਦੇ ਬਚਨ ਸੱਤ ਹੁੰਦੇ ਆ ਔਰ ਵਾਹਿਗੁਰੂ ਉਹਨਾਂ ਦੇ ਕਾਰਜ ਸਵਾਰ ਦਿੰਦਾ। ਐਸੀ ਅਵਸਥਾ ਹੈ ਨਾਮ ਦੀ। ਇਹ ਨਾਮ ਐਸਾ ਹੈ ਕਿ ਇਸ ਦੀ ਕੀਮਤ ਜਿਹੜੀ ਹੈ ਕਿ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਵੀ ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕਿ ਮੈਂ ਮਾਂ ਗਣੀ ਨਾ ਆਵੈ। ਪੂਰਨ ਨਾਮ ਜਿਹੜਾ ਹੈ, ਪੂਰਨ ਪਰਮ ਪਿਤਾ, ਪੂਰਾ ਪ੍ਰਭ ਅਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਪੂਰਾ ਨਾਮ, ਪੂਰੇ ਪਰਮਾਤਮਾ ਦਾ ਅਰਾਧਿਆ ਤਾਂ ਪਤਾ ਨਹੀਂ, ਗੁਰਬਾਣੀ ਇਹ ਦੱਸਦੀ ਹੈ ਕਿ ਉਹ ਬ੍ਰਹਮ ਗਿਆਨੀ ਆਪ ਪਰਮੇਸ਼ਰ ਹੋ ਜਾਂਦਾ ਹੈ, ਪਰਮੇਸ਼ਰ ਹੋ ਜਾਂਦਾ, ਔਰ ਪਰਮੇਸ਼ਰ ਕੋਲ ਸ਼ਕਤੀ ਹੁਣ ਤੁਸੀਂ ਜਾਣਦੇ ਹੋ ਵੀ ਕੀ ਹੈ ਕਿ ਸਾਰੀ ਸ੍ਰਿਸ਼ਟੀ ਦਾ ਉਹ ਗਿਆਤਾ ਹੈ, ਸਾਰੀ ਸ੍ਰਿਸ਼ਟੀ ਦਾ ਉਹ ਕਰਤਾ ਹੈ, ਸਾਰੀ ਸ੍ਰਿਸ਼ਟੀ ਦਾ ਉਹ ਪਾਲਕ ਹਾਰਾ ਹੈ, ਸਾਰੀ ਸ੍ਰਿਸ਼ਟੀ ਦਾ ਉਹ ਦਾਤਾ ਹੈ। ਯਾਨੀ ਪਰਮਾਤਮਾ ਦੇ ਹੁਕਮ ਦੇ ਵਿੱਚ ਇੱਕ ਪੱਤਾ ਵੀ ਨਹੀਂ ਹਿਲਦਾ, ਇੰਨੀ ਸ਼ਕਤੀ ਹੈ ਉਸ ਨਾਮ ਦੀ। ਹੁਣ ਜਦੋਂ ਇਸ ਨਾਮ ਦੀ ਸ਼ਕਤੀ ਨੂੰ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਵੀ ਪੂਰਨਤਾ ਜਿਹੜੀ ਹੈ ਨਾ ਉਹ ਬਹੁਤ ਵੱਡੀ ਹੈ, ਪਰ ਗੁਰੂ ਸਾਹਿਬ ਕਹਿੰਦੇ ਆ ਕਿ ਜਿਹਦੇ ਹਿਰਦੇ ਦੇ ਵਿੱਚ ਕਿਣਕਾ ਏਕ, ਉਹ ਪਰਮ ਪਿਤਾ ਪਰਮਾਤਮਾ ਖੁਸ਼ ਹੋ ਕੇ ਕਿਸੇ ਗੁਰਮੁਖ ਪਿਆਰੇ ਦੇ ਹਿਰਦੇ ਦੇ ਵਿੱਚ ਇੱਕ ਕਿਣਕਾ ਜਿਸ ਜੀਵ ਵਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ। ਉਸ ਗੁਰਮੁਖ ਪਿਆਰੇ ਦੇ ਹਿਰਦੇ ਦੇ ਵਿੱਚ ਇੱਕ ਕਿਣਕਾ ਵੀ ਅਗਰ ਵਸ ਗਿਆ
ਤੇ ਉਸਦੀ ਮਹਿਮਾ ਉਸਦੀ ਵਡਿਆਈ ਜਿਹੜੀ ਆ ਬਹੁਤ ਵੱਡੀ ਆ। ਕਹਿੰਦੇ ਵੀ ਉਹ ਵਡਿਆਈ ਨੂੰ ਕੋਈ ਗਿਆਨ ਨਹੀਂ ਕਰ ਸਕਦਾ, ਕੋਈ ਬਿਆਨ ਨਹੀਂ ਕਰ ਸਕਦਾ, ਕੋਈ ਕਹਿ ਨਹੀਂ ਸਕਦਾ। ਤੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ, ਕਿਣਕਾ ਇੱਕ ਜਸੀਬ ਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ, ਕਾਂਖੀ ਏਕੋ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਹੁਣ ਅਸੀਂ ਗੁਰੂ ਸਾਹਿਬ ਸਾਨੂੰ ਇਹ ਬਖਸ਼ਿਸ਼ ਕਰਦੇ ਆ, ਗੁਰੂ ਸਾਹਿਬ ਨੇ ਸੁਖਮਨੀ ਸਾਹਿਬ ਦੇ ਵਿੱਚ ਜਦੋਂ ਇਹ ਅਸ਼ਟਪਦੀ ਲਿਖੀ ਆ ਉਦੋਂ ਆਪਣੀ ਆਪ ਬੇਨਤੀ ਜਿਹੜੀ ਹੈ ਪਰਮ ਪਿਤਾ ਪਰਮਾਤਮਾ ਨੂੰ ਲਗਾਈ ਹੈ ਕਿ ਜਿਹੜੇ ਗੁਰਮੁਖ ਪਿਆਰਿਆਂ ਨੇ ਤੇਰੇ ਦਰਸ਼ਨਾਂ ਦੀ ਮਨ ਦੇ ਵਿੱਚ ਆਕਾਂਖਸ਼ਾ ਪੈਦਾ ਕਰ ਰੱਖੀ ਹੈ, ਔਰ ਇੱਕ ਕਿਸ਼ਨ ਦਾ ਦਰਸ਼ਨ ਜਿਨ੍ਹਾਂ ਨੇ ਤੇਰੇ ਪ੍ਰਾਪਤ ਕਰ ਲਿਆ, ਸੱਚੇ ਪਾਤਸ਼ਾਹ ਕਿਰਪਾ ਕਰੋ ਮੈਨੂੰ ਉਹਨਾਂ ਦੇ ਸੰਗ ਮੇਰਾ ਵੀ ਉਧਾਰ ਕਰ ਦਿਓ, ਮੈਨੂੰ ਉਹਨਾਂ ਦੀ ਸੰਗਤ ਦੇ ਵਿੱਚ ਮਿਲਾ ਕੇ ਸੰਤਾਂ ਮਹਾਂਪੁਰਸ਼ਾਂ ਦੇ ਕੋਲ। ਅਸੀਂ ਕਿਉਂ ਕਹਿੰਦੇ ਹਾਂ ਕਿ ਗੁਰੂ ਦੀ ਸ਼ਰਨ ਆਓ, ਸੰਤਾਂ ਮਹਾਂਪੁਰਸ਼ਾਂ ਦੇ ਕੋਲ ਬੈਠ ਕੇ ਗੁਰੂ ਦਾ ਗਿਆਨ ਗੁਰੂ ਦਾ ਜਸ ਸਰਵਣ ਕਰੋ? ਇਹ ਇਹੀ ਹੈ ਕਿ ਉਹ ਸੰਗ ਮੋਹੇ ਉਧਾਰੋ, ਉਹਨਾਂ ਦੀ ਸੰਗਤ ਦੇ ਵਿੱਚ ਦੂਸਰੀਆਂ ਆਤਮਾਵਾਂ ਦਾ ਵੀ ਜਿਹੜੀਆਂ ਪਰਮਾਤਮਾ ਨੂੰ ਮਿਲਣ ਦੀ ਅਭਿਲਾਸ਼ਾ ਰੱਖਦੀਆਂ, ਆਕਾਂਖਸ਼ਾ ਰੱਖਦੀਆਂ, ਉਹਨਾਂ ਦਾ ਕਲਿਆਣ ਹੋ ਜਾਂਦਾ ਹੈ, ਉਹ ਤਰ ਜਾਂਦੀਆਂ ਪਾਪ ਸਾਗਰ ਤੋਂ, ਉਹਨਾਂ ਦਾ ਜੀਵਨ ਸੁੱਖਾਂ ਵਾਲਾ ਬਣ ਜਾਂਦਾ ਹੈ। ਸਾਧ ਸੰਗਤ ਜੀ, ਇਹ ਇੱਕ ਨਾਮ ਦਾ ਕਿਣਕਾ, ਹੁਣ ਅਸੀਂ ਕਹਿੰਦੇ ਹਾਂ ਵੀ ਇਸ ਦੀ ਕੀਮਤ ਜੇ ਅਸੀਂ ਕਹੀਏ, ਗੁਰੂ ਸਾਹਿਬ ਕਹਿੰਦੇ ਆ ਕਿ ਤਾਂ ਕਿ ਮਹਿਮਾ ਗਣੀ ਨਾ ਆਵੇ, ਤੇ ਗੁਰੂ ਸਾਹਿਬ ਕਹਿੰਦੇ ਵੀ ਜਿਸ ਮਨੁੱਖ ਨੂੰ ਇਹ ਇੱਕ ਕਿਣਕਾ ਹੀ ਪ੍ਰਾਪਤ ਹੋ ਗਿਆ ਨਾਮ ਦਾ, ਪੂਰਾ ਨਾਮ ਤਾਂ ਪੂਰਾ ਪ੍ਰਭ ਰਾਧਿਆ ਪੂਰਾ ਰਜਾਕਾ ਨਾ ਹੋ, ਪੂਰੇ ਨਾਮ ਨੂੰ ਜਦੋਂ ਰਾਧੀਆ ਉਹ ਤਾਂ ਬਹੁਤ ਵੱਡੀ ਸ਼ਕਤੀ ਹੈ, ਪਰ ਜੇ ਇੱਕ ਕਿਣਕਾ ਵੀ ਕਿਸੇ ਗੁਰਮੁਖ ਪਿਆਰੇ ਕੋਲ ਪ੍ਰਾਪਤ ਹੋ ਗਿਆ ਪਰਮਾਤਮਾ ਦੀ ਕਿਰਪਾ ਨਾਲ, ਤੇ ਕਹਿੰਦੇ ਉਹਦੀ ਵੀ ਵਡਿਆਈ ਏਡੀ ਵੱਡੀ ਹੈ ਕਿ ਉਹਦੀ ਕੋਈ ਗਿਣਤੀ ਨਹੀਂ ਹੈ, ਉਹਦਾ ਕੋਈ ਬਿਆਨ ਨਹੀਂ ਕਰ ਸਕਦਾ, ਉਹਦੀ ਕੋਈ ਉਹਦੇ ਕੋਈ ਜਿਹੜੀ ਹੈ ਥਾਂ ਨਹੀਂ ਪਾ ਸਕਦਾ ਗਾ ਗੁਰਮੁਖ ਪਿਆਰੇ ਦੀ, ਸੰਤਾਂ ਭਗਤਾਂ ਦੀ। ਤੋ ਸਾਧ ਸੰਗਤ ਜੀ, ਇਸ ਤਰ੍ਹਾਂ ਦੇ ਨਾਲ ਹੁਣ ਮੈਂ ਇੱਕ ਵਿਚਾਰ ਤੁਹਾਨੂੰ ਆਪ ਜੀ ਨੂੰ ਦੱਸਣਾ ਚਾਹੁੰਦਾ ਹੈ ਕਿ ਇਹ ਨਾਮ ਦਾ ਕਿਣਕਾ ਜਿਸ ਗੁਰਮੁਖ ਪਿਆਰੇ ਨੂੰ ਸੁੱਚੇ ਹਿਰਦੇ ਤੋਂ ਸੁੱਚੇ ਪਰਮ ਪਿਤਾ ਪਰਮਾਤਮਾ ਦਾ ਨਾਮ ਸਿਮਰਨ ਕਰਕੇ ਪਰਮਾਤਮਾ ਦੀ ਬਖਸ਼ਿਸ਼ ਪ੍ਰਾਪਤ ਹੋ ਜਾਂਦੀ ਹੈ, ਇਹ ਅਵਸਥਾ ਨੂੰ ਉਹੀ ਜਾਣਦਾ ਹੈ, ਹਰ ਬੰਦਾ ਨਹੀਂ ਜਾਣਦਾ। ਜੋ ਮਾਇਆ ਦੇ ਵਿੱਚ ਹੈ, ਜੋ ਸੰਸਾਰ ਦੇ ਵਿੱਚ ਖੇਡ ਰਿਹਾ ਹੈ, ਜੋ ਪਾਪ ਕਰਮਾਂ ਦੇ ਵਿੱਚ ਖੇਡ ਰਿਹਾ, ਉਹਦੇ ਵਾਸਤੇ ਇਹ ਨਾਮ ਕੋਈ ਪਤਾ ਨਹੀਂ, ਪਰ ਜਿਸ ਗੁਰਮੁਖ ਆਤਮਾ ਨੇ ਇਸ ਦੀ ਪ੍ਰਾਪਤੀ ਕਰ ਲਈ ਉਸਨੂੰ ਪਤਾ ਹੈ ਕਿ ਕੀ ਚੀਜ਼ ਹੈ। ਤ੍ਰੇਤੇ ਯੁੱਗ ਦੇ ਵਿੱਚ ਰਾਜਾ ਜਨਕ ਮਿਥਲਾਪੁਰੀ ਦਾ ਰਾਜਾ ਬੜਾ ਧਰਮੀ ਬੰਦਾ ਸੀ, ਧਰਮ ਕਮਾਉਂਦਾ ਸੀ, ਸੱਚ ਤਾਂ ਧਾਰਨੀ ਸੀ, ਨਿਆਇਕ ਰਾਜਾ ਸੀ, ਨਿਆਏਵਾਦੀ ਸੀ, ਪਰਮਾਤਮਾ ਦੇ ਨਾਲ ਉਸਦੀ ਸਾਂਝ ਸੀ। ਆਪਣਾ ਸਮਾਂ ਬੀਤ ਕਰਕੇ ਆਪਣੀ ਉਮਰ ਜਿਹੜੀ ਸੀ ਉਹ ਬਿਤਾ ਕੇ ਜਦੋਂ ਸਹਿਬ ਸ਼੍ਰੀ ਗੁਰੂ ਪਰਮ ਪਿਤਾ ਪਰਮਾਤਮਾ ਦਾ ਹੁਕਮ ਆਇਆ ਤੇ ਉਸ ਰਾਜਾ ਜਨਕ ਦੀ ਆਤਮਾ ਨੂੰ ਪਰਮਾਤਮਾ ਦੇ ਦੂਤ ਜਿਹੜੇ ਬੜਾ ਸਤਿਕਾਰ ਕਰਦੇ ਹੋਏ, ਫੁੱਲਾਂ ਦੀ ਵਰਖਾ ਕਰਦੇ ਹੋਏ, ਜੈਕਾਰੇ ਲਾਉਂਦੇ ਹੋਏ, ਉਸ ਨੂੰ ਬਵਾਨ ਦੇ ਵਿੱਚ ਬਿਠਾ ਕੇ ਬੜਾ ਸਤਿਕਾਰ ਕਰਦੇ ਹੋਏ ਸੱਚਖੰਡ ਵੱਲ ਲਿਜਾ ਰਹੇ ਆ। ਜਦ ਸੱਚਖੰਡ ਵੱਲ ਨੂੰ ਜਾ ਰਹੇ ਸੀ ਨਾ, ਤੇ ਇਹ ਸ੍ਰਿਸ਼ਟੀ ਦੀ ਵਿਵਸਥਾ ਐਸੀ ਹੈ ਕਿ ਜਿਵੇਂ ਸਾਡਾ ਸਰੀਰ ਹੈ ਨਾ, ਸਾਡਾ ਸਰੀਰ ਵੀ ਸ੍ਰਿਸ਼ਟੀ ਤੇ ਹੀ, ਜਿਹੋ ਜਿਹਾ ਸਾਡਾ ਤਨ ਹੈ ਇਹੋ ਜਿਹੀ ਸ੍ਰਿਸ਼ਟੀ ਦੀ ਵਿਵਸਥਾ ਹੈ। ਭਾਵ ਕਿ ਨਰਕ ਸੁਰਗ ਜਦੋਂ ਸੱਚਖੰਡ ਵੱਲ ਨੂੰ ਜਾਈਦਾ ਨਾ, ਤੇ ਨਰਕ ਸੁਰਗ ਦੇ ਵਿਚਾਲ ਦੀ ਹੋ ਕੇ ਸਿੱਧਾ ਸੱਚਖੰਡ ਨੂੰ ਜਾਈਦਾ,
ਯਾਨੀ ਜਿਹੜੀਆਂ ਗੁਰਮੁਖ ਆਤਮਾ ਹੈ ਨਰਕ ਸੁਰਗ ਨਾਲ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਹੈ। ਜਮ ਉਹਨਾਂ ਤੋਂ ਦੂਰ ਭੱਜਦਾ ਹੈਗਾ, ਜਮ ਉਹਨਾਂ ਤੋਂ ਡਰਦਾ ਹੈ। ਧਰਮਰਾਜ ਵੀ ਉਹਨਾਂ ਦੇ ਨਮਸਕਾਰਾਂ ਕਰਦਾ ਹੈ ਗੁਰਮੁਖ ਪਿਆਰਿਆਂ ਦੇ। ਉਹ ਗੁਰਮੁਖ ਪਿਆਰਾਂ ਦਾ ਰਸਤਾ ਸਿੱਧਾ ਸੱਚਖੰਡ ਵੱਲ ਪਰਮਾਤਮਾ ਦੇ ਦੁਆਰੇ ਨੂੰ ਜਾਂਦਾ ਹੈ। ਉਹਨੂੰ ਗੁਰਮੁਖ ਆਤਮਾ ਜਿਹੜੀਆਂ ਹੈ ਉਹ ਸਤਿਕਾਰ ਕਰਕੇ ਲੈ ਕੇ ਜਾਂਦੀਆਂ, ਔਰ ਸੱਚਖੰਡ ਦੇ ਦੁਆਰੇ ਦੇ ਉੱਤੇ ਮਹਾਂਪੁਰਖ ਅਕਾਲ ਪੁਰਖ ਵਾਹਿਗੁਰੂ ਜਿਸਨੂੰ ਅਸੀਂ ਕਹਿੰਦੇ ਹਾਂ ਉਹ ਦਰਸ਼ਨ ਕਰਕੇ ਉਸ ਦਾ ਸਤਿਕਾਰ ਕਰਦਾ ਹੈ, ਉਸ 'ਤੇ ਜੀ ਆਇਆਂ ਆਖਦਾ ਹੈ, ਉਸ ਨੂੰ ਆਪਣੇ ਸਥਾਨ ਦੇ ਉੱਤੇ ਸੱਚਖੰਡ ਦਾ ਸਥਾਨ ਜਿਹੜਾ ਜੇ ਮੈਂ ਕਹਾਂ ਤਾਂ ਮੈਂ ਕਹਿੰਦਾ ਵੀ ਹੈ, ਕਈ ਲੋਕ ਮੈਨੂੰ ਕਹਿ ਦਿੰਦੇ ਵੀ ਨਹੀਂ ਹੈ, ਚਲੋ ਮੈਂ ਕਿਹਾ ਕੋਈ ਗੱਲ ਨਹੀਂ, ਪਰ ਪਰਮਾਤਮਾ ਇਹਨਾਂ ਰੂਹਾਂ ਨੂੰ ਬੜਾ ਸਤਿਕਾਰ ਕਰਦਾ। ਹੁਣ ਰਾਜਾ ਜਨਕ ਜਦ ਸਵਰਗ ਔਰ ਨਰਕ ਦੇ ਕੋਲ ਦੀ ਲੰਘਣ ਲੱਗਿਆ ਨਾ, ਬੜੀ ਪ੍ਰੇਮ ਵਾਲੀ ਆਤਮਾ ਸੀ, ਨਾਮ ਦੀ ਰਸੀਆ ਸੀ, ਸ਼ਾਂਤੀ ਵਾਲੀ ਸੀ, ਸਹਿਜ ਭਾਵ ਵਾਲੀ ਸੀ, ਔਰ ਜਦੋਂ ਕੋਲ ਦੀ ਟੱਪਣ ਲੱਗਿਆ ਤੇ ਨਰਕ ਦੇ ਵਿੱਚ ਰੌਲਾ ਪੈਂਦਾ ਸੁਣਿਆ ਰਾਜਾ ਜਨਕ ਨੂੰ। ਰਾਜਾ ਜਨਕ ਜਿਹੜੇ ਦੇਵਤੇ ਸੀ ਉਹਨਾਂ ਨੂੰ ਪੁੱਛਣ ਲੱਗਿਆ ਵੀ ਇਹ ਕਿਸ ਦਾ ਰੌਲਾ ਪੈਂਦਾ, ਇਹ ਕੀ ਰੌਲਾ ਹੈ? ਜਿਵੇਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਿੱਲੀ ਦੇ ਵਿੱਚ ਹਾਥੀਖਾਨੇ ਦੇ ਕੋਲ ਬੈਠੇ ਨਾ, ਤੇ ਉਹ ਹਾਥੀਖਾਨੇ ਦਾ ਮੁਹਾਵਤ ਜਿਹੜਾ ਹੈ ਉਹ ਹਾਥੀ ਮਰ ਗਿਆ ਤੇ ਚੀਖ ਚਹਾੜਾ ਪੈ ਗਿਆ, ਚੀਖ ਚਹਾੜਾ ਪੈ ਗਿਆ ਤੇ ਗੁਰੂ ਨਾਨਕ ਦੇਵ ਜੀ ਮਰਦਾਨੇ ਨੂੰ ਕਹਿਣ ਲੱਗੇ, ਮਰਦਾਨਿਆ ਇਹ ਰੌਲਾ ਕਿਸ ਚੀਜ਼ ਦਾ ਪਿਆ, ਪਤਾ ਕਰਕੇ ਆ। ਗੁਰੂ ਨਾਨਕ ਦੇਵ ਜੀ ਦੇ ਮਨ ਨੂੰ ਇੱਕ ਟੀਸ ਲੱਗੀ, ਕਿਸ ਆਦਮੀ ਨੂੰ ਦੁੱਖ ਹੋ ਗਿਆ ਹੈ, ਕਿਉਂ ਹੋ ਗਿਆ ਹੈ? ਕਿਉਂਕਿ ਨਾਮ ਦੀਆਂ ਰਸੀਆਂ ਆਤਮਾਵਾਂ ਜਿਹੜੀਆਂ ਹੁੰਦੀਆਂ ਨਾ ਉਹ ਉਹਨਾਂ ਦਾ ਕਲਿਆਣ ਕਰਨ ਵਾਸਤੇ ਕੋਈ ਉਪਾਏ ਸੋਚਦੀਆਂ, ਉਹਨਾਂ ਦੇ ਹਿਰਦੇ ਦੇ ਵਿੱਚ ਇੱਕ ਟੀਸ ਲੱਗਦੀ ਹੈ, ਚੋਟ ਲੱਗਦੀ ਹੈ, ਕਿਉਂ ਦੁੱਖ ਹੋ ਰਿਹਾ, ਕਿਉਂ ਦੁਖੀਆ ਰੋ ਰਿਹਾ, ਇਹ ਆਤਮਾ ਕਿਉਂ ਦੁਖੀ ਹੈ? ਇਵੇਂ ਜੀ ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਨੂੰ ਭੇਜਿਆ, ਮਰਦਾਨੇ ਦੇ ਜਦੋਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਦੇ ਹਿਰਦੇ ਨੂੰ ਟੀਸ ਲੱਗੀ ਤੇ ਉਹਨੇ ਆ ਕੇ ਦੱਸਿਆ ਮਹਾਰਾਜ ਇੱਕ ਹਾਥੀ ਮਰ ਗਿਆ। ਇਹ ਵੀ ਕਥਾ ਕਿਤੇ ਫਿਰ ਸੁਣਾਵਾਂਗੇ। ਉਹ ਮੁਹਾਵਤ ਰੋ ਰਿਹਾ ਸੱਚੇ ਪਾਤਸ਼ਾਹ, ਉਹ ਕਹਿੰਦਾ ਮੇਰੀ ਰੋਜੀ ਰੋਟੀ ਮਰ ਗਈ, ਮੈਨੂੰ ਰਾਜਾ ਮਾਰ ਦੇਊਗਾ, ਮੈਂ ਹਾਥੀ, ਉਹ ਮੇਰੇ ਸਿਰ ਇਲਜ਼ਾਮ ਲਾਏਗਾ, ਇਸ ਕਰਕੇ ਰੋ ਰਿਹਾ। ਅੱਛਾ, ਇਸੇ ਤਰ੍ਹਾਂ ਹੀ ਰਾਜਾ ਜਨਕ ਜਿਹੜਾ ਸੀ ਪੁੱਛਿਆ ਵੀ ਇਹ ਕਿਉਂ ਚੀਖ ਚਿਹਾੜਾ ਇੰਨਾ ਪੈ ਰਿਹਾ ਹੈ? ਕਹਿੰਦੇ ਮਹਾਰਾਜ ਇਹ ਨਰਕ ਹੈ, ਔਰ ਨਰਕ ਦੇ ਵਿੱਚ ਜਿੰਨਾਂ ਪ੍ਰਾਣੀਆਂ ਨੇ ਪਾਪ ਕਰਮ ਕੀਤੇ ਹੋਏ ਆ ਉਹਨਾਂ ਪ੍ਰਾਣੀਆਂ ਨੂੰ ਜਮ ਜਿਹੜੇ ਹੈ ਉਹ ਸਜ਼ਾ ਦੇ ਰਹੇ ਆ, ਸਜ਼ਾ ਭੁਗਤਾ ਰਹੇ ਆ, ਔਰ ਉਹ ਚੀਕਾਂ ਮਾਰਦੇ ਆ, ਰੌਲਾ ਪਾਉਂਦੇ ਆ, ਉਹਨਾਂ ਨੂੰ ਜਦ ਕਸ਼ਟ ਹੁੰਦਾ ਹੈ ਉਹ ਰੌਲਾ ਪਾਉਂਦੇ ਆ। ਅੱਛਾ, ਇਹ ਗੱਲ ਹੈ। ਹੁਣ ਉਹਨਾਂ ਦੂਤਾਂ ਨੂੰ ਕਹਿਣ ਲੱਗਿਆ ਵੀ ਠਹਿਰੋ, ਆਪਾਂ ਸੱਚਖੰਡ ਚੱਲਾਂਗੇ ਠਹਿਰ ਕੇ, ਕਿਉਂਕਿ ਪ੍ਰਮਾਤਮਾ ਗੁਰੂ ਦੀ ਕਿਰਪਾ ਨਾਲ ਰਾਜਾ ਜਨਕ ਜਿਹੜਾ ਸੀ ਬ੍ਰਹਮ ਗਿਆਨੀ ਆਪ ਪਰਮੇਸ਼ਰ, ਔਰ ਬ੍ਰਹਮ ਗਿਆਨੀ ਸਗਲ ਸ੍ਰਿਸ਼ਟੀ ਦਾ ਕਰਤਾ, ਬ੍ਰਹਮ ਗਿਆਨੀ ਸਤ ਜੀਵੇ ਨਹੀਂ ਮਰਦਾ। ਜਦੋਂ ਇਸ ਅਵਸਥਾ ਬ੍ਰਹਮ ਗਿਆਨੀ ਦੀਆਂ ਅਵਸਥਾਵਾਂ ਨੂੰ ਸੁਣਦੇ ਆ ਨਾ ਤਾਂ ਸਾਨੂੰ ਫਿਰ ਪਤਾ ਲੱਗਦਾ ਵੀ ਉਹ ਰਾਜਾ ਜਨਕ ਜਿਹੜਾ ਸੀ ਉਹ ਕਹਿਣ ਲੱਗਿਆ, ਕਿਉਂਕਿ ਉਸਦੀ ਪਰਮਾਤਮਾ ਸਰੂਪ ਸੀਗੇ ਔਰ ਪਰਮਾਤਮਾ ਉਸਦੀ ਹਰ ਜਗ੍ਹਾ 'ਤੇ ਮੰਨਦਾ ਸੀ। ਉਹਨੇ ਕਿਹਾ ਵੀ ਆਪਾਂ ਠਹਿਰ ਕੇ ਚੱਲਾਂਗੇ ਸੱਚਖੰਡ, ਇੱਕ ਮਿੰਟ ਠਹਿਰੋ। ਕਹਿੰਦੇ ਵੀ ਕੀ ਗੱਲ? ਕਹਿੰਦੇ ਵੀ ਇਹ ਨਰਕ 'ਚ ਆਪਾਂ ਵੇਖ ਕੇ ਆਉਂਦੇ ਹਾਂ, ਵੀ ਕੀ ਗੱਲ ਹੈ? ਹੁਣ ਉਹ ਦੇਵਤੇ ਜਿਹੜੇ ਸੀ ਉਹ ਹੁਕਮ ਮੰਨ ਕੇ ਤੇ ਨਰਕ ਵਾਲੇ ਪਾਸੇ ਨੂੰ ਲੈ ਗਏ। ਨਰਕ ਪਾਸੇ ਜਦੋਂ ਨਰਕ ਦੇ ਵਿੱਚ ਗਿਆ ਤੇ ਉੱਥੇ ਦੇਖਿਆ ਕਿ ਇਹ ਆਤਮਾਵਾਂ ਜਿਹੜੀਆਂ ਹੈ ਉਹਨਾਂ ਨੂੰ ਬੜੇ ਤਸੀਹੇ ਦਿੱਤੇ ਜਾ ਰਹੇ ਆ, ਤੇਲ ਦੇ ਕੜਾਹਿਆਂ ਦੇ ਵਿੱਚ ਮਤਲਬ ਸਾਨੂੰ ਇੱਕ ਨਿਸ਼ਾਨਾ ਮਿਲਦਾ ਹੈ ਕਿ ਇਹੋ ਜਿਹੇ ਤਸੀਹੇ ਵੀ ਦਿੱਤੇ ਜਾਂਦੇ, ਥੰਮਾਂ ਦੇ ਨਾਲ ਲਾਇਆ ਜਾਂਦਾ, ਗੁਰਬਾਣੀ ਦੇ ਵਿੱਚ ਇਹ ਗੱਲ ਹੈ। ਤੋ ਇਸ ਤਰ੍ਹਾਂ ਦੇ ਨਾਲ ਉਹ ਤਸੀਹੇ ਵੇਖੇ, ਉਹਨਾਂ ਨੂੰ ਰੋਂਦੇ ਕਰਲਾਉਂਦੇ ਵੇਖਿਆ ਤੇ ਉਹਨਾਂ ਜਮਾਂ ਨੂੰ ਪੁੱਛਿਆ ਭਾਈ ਇਹਨਾਂ ਨੂੰ ਕਿਉਂ ਮਾਰਦੇ ਹੋ? ਕਹਿੰਦੇ ਜੀ ਇਹਨਾਂ ਨੇ ਪਾਪ ਕਰਮ ਕੀਤੇ ਹੋਏ ਆ, ਇਹਨਾਂ ਨੂੰ ਭੇਜਿਆ ਤਾਂ ਸੀਗਾ ਨਾਮ ਸਿਮਰਨ ਕਰਨ ਵਾਸਤੇ,
ਔਰ ਪਰਮਾਤਮਾ ਦਾ ਨਾਮ ਤਾਂ ਇਹਨਾਂ ਨੇ ਸਿਮਰਨ ਨਹੀਂ ਕੀਤਾ, ਔਰ ਇਹ ਆਪਣੀ ਮਰਜ਼ੀ ਦੇ ਨਾਲ ਲੋਕਾਂ ਨਾਲ ਧੱਕੇ ਕੀਤੇ, ਲੋਕਾਂ ਦੀਆਂ ਬੁਰਾਈਆਂ ਕੀਤੀਆਂ, ਲੋਕਾਂ ਦਾ ਖੋਇਆ ਲੁੱਟਿਆ ਖਾਇਆ, ਝੂਠ ਬੋਲ ਕੇ ਪਾਪ ਕੀਤਾ, ਲੋਕਾਂ ਦੇ ਨਾਲ ਬੁਰਾਈਆਂ ਕਰਕੇ ਪਾਪ ਕਰਮ ਕੀਤੇ। ਇਸ ਕਰਕੇ ਇਹਨਾਂ ਨੂੰ ਇਹ ਸਜ਼ਾ ਦਿੱਤੀ ਜਾ ਰਹੀ ਹੈ। ਕਹਿੰਦੇ ਵੀ ਇਹਨਾਂ ਦੀ ਸਜ਼ਾ ਕੋਈ ਮਾਫ਼ ਹੋ ਸਕਦੀ ਹੈ? ਕਹਿੰਦੇ ਜੀ ਸਾਨੂੰ ਨਹੀਂ ਪਤਾ, ਧਰਮਰਾਜ ਨੂੰ ਪੁੱਛ ਲਓ। ਹੁਣ ਕਹਿੰਦੇ ਵੀ ਬੁਲਾਓ ਧਰਮਰਾਜ ਨੂੰ, ਬੁਲਾਇਆ ਆ ਗਿਆ ਧਰਮਰਾਜ ਵੀ। ਧਰਮਰਾਜ ਨੂੰ ਪੁੱਛਿਆ ਵੀ ਇਹ ਜਿਹੜੀ ਤੁਸੀਂ ਸਜ਼ਾ ਦੇ ਰਹੇ ਹੋ ਇਹਨਾਂ ਬੰਦਿਆਂ ਨੂੰ, ਇਹ ਕਿਉਂ ਦੇ ਰਹੇ ਹੋ? ਕਹਿੰਦੇ ਜੀ ਇਹਨਾਂ ਪਾਪ ਕਰਮ ਕੀਤੇ ਹੈ, ਇਹਨਾਂ ਦੀ ਕੋਈ ਬਖਸ਼ਿਸ਼ ਨਹੀਂ ਹੈ, ਬਖਸ਼ਿਆ ਨਹੀਂ ਜਾਏਗਾ। ਕਹਿੰਦੇ ਵੀ ਇਹਨਾਂ ਦੀ ਕੋਈ ਬਖਸ਼ਿਸ਼ ਨਹੀਂ ਹੈ, ਤਾਂ ਸਜ਼ਾ ਇਹਨਾਂ ਨੂੰ ਭੋਗਣੀ ਪਊਗੀ। ਕਹਿੰਦੇ ਵੀ ਜੇ ਅਸੀਂ ਇਹ ਕਹੀਏ ਵੀ ਤੁਸੀਂ ਇਹਨਾਂ ਨੂੰ ਬਖਸ਼ ਦਿਓ, ਤੇ ਫਿਰ ਕਹਿੰਦੇ ਵੀ ਜੇ ਬਖਸ਼ ਤਾਂ ਅਸੀਂ ਨਹੀਂ ਸਕਦੇ, ਪਰਮਪਿਤਾ ਪਰਮਾਤਮਾ ਬਖਸ਼ ਸਕਦਾ, ਫਿਰ ਉਹ ਕਿਵੇਂ ਬਖਸ਼ੇਗਾ? ਕਹਿੰਦੇ ਵੀ ਉਹ ਇਸ ਤਰ੍ਹਾਂ ਬਖਸ਼ੇਗਾ ਜੀ, ਅਗਰ ਕੋਈ ਆਪਣੇ ਸਿਮਰਨ ਦਾ ਨਾਮ ਦਾ ਪੂੰਜੀ ਜਿਹੜੀ ਹੈ, ਨਾਮ ਸਿਮਰਨ ਕੀਤਾ ਹੋਇਆ ਜਿਸ ਦੀ ਪੂੰਜੀ ਕਿਸੇ ਕੋਲ ਇਕੱਠੀ ਹੈ ਨਾ ਗੁਰਮੁਖ ਪਿਆਰੇ ਕੋਲ, ਉਹ ਪੂੰਜੀ ਇਹਨਾਂ ਦੇ ਤੱਕੜੀ ਦੇ ਵਿੱਚ ਰੱਖ ਦੇਵੇ, ਇਹਨਾਂ ਦੇ ਪਾਪ ਕਰਮਾਂ ਦੇ ਬਰਾਬਰ, ਤੇ ਫਿਰ ਇਹ ਛੁੱਟ ਸਕਦੇ ਆ। ਲੱਗੇ ਅੱਛਾ ਠੀਕ ਹੈ, ਪਰ ਤੁਸੀਂ ਐਂ ਕਰੋ ਵੀ ਮੇਰੇ ਨਾਮ ਦਾ ਇੱਕ ਕਿਣਕਾ ਜਿਹੜਾ ਹੈ ਉਹ ਤੁਸੀਂ ਕੀ ਕਰੋ ਕਿ ਇਹਨਾਂ ਨੂੰ ਜਿੰਨੇ ਵੀ ਇਹਨਾਂ ਦੇ ਪਾਪ ਕਰਮ ਹਨ ਇਹਨਾਂ ਨੂੰ ਇੱਕ ਪਾਸੇ ਤੱਕੜੀ 'ਤੇ ਰੱਖ ਦਿਓ, ਸਾਰੇ ਨਰਕ ਦੇ ਪਾਪ ਜਿਹੜੇ ਹੈ ਉਹ ਤੁਸੀਂ ਇੱਕ ਪਾਸੇ ਤੱਕੜੀ 'ਤੇ ਰੱਖ ਦਿਓ, ਅਤੇ ਮੇਰੇ ਨਾਮ ਦਾ ਕਿਣਕਾ ਆ ਮੈਂ ਦਿੰਦਾ, ਇਹ ਤੁਸੀਂ ਇਹਦੇ ਬਰਾਬਰ ਇਹਨਾਂ ਨੂੰ ਛੱਡ ਦਿਓ, ਇਹਨਾਂ ਦੇ ਮਾਫ਼ ਕਰ ਦਿਓ। ਉਹ ਕਹਿਣ ਲੱਗੇ ਵੀ ਧਰਮਰਾਜ ਕਹਿਣ ਲੱਗਿਆ ਵੀ ਪਰਮਾਤਮਾ ਦਾ ਹੁਕਮ ਸੀ, ਕਿਉਂਕਿ ਉਹ ਜਨਕ ਰਾਜਾ ਜਨਕ ਵੀ ਆਪ ਬ੍ਰਹਮ ਗਿਆਨੀ ਸੀ, ਬ੍ਰਹਮ ਗਿਆਨੀ ਆਪ ਪਰਮੇਸ਼ਰ, ਉਹ ਪਰਮੇਸ਼ਰ ਦਾ ਸਰੂਪ, ਪਰਮੇਸ਼ਰ ਦੀ ਹੀ ਰਜਾ, ਹੁਕਮ ਪਰਮੇਸ਼ਰ ਦਾ ਹੀ ਆ ਰਿਹਾ ਸੀ, ਉਧਰੋਂ ਵੀ ਤੇ ਉੱਪਰੋਂ ਵੀ ਜੇ ਆਉਣਾ ਸੀ ਤੇ ਪਰਮੇਸ਼ਰ ਦਾ ਹੁਕਮ ਹੀ ਆਉਣਾ ਸੀ। ਇਸ ਕਰਕੇ ਉਹ ਧਰਮਰਾਜ ਨੇ ਉਹ ਤੱਕੜੀ ਦੇ ਉੱਤੇ ਨਾਮ ਦਾ ਕਿਣਕਾ ਜਿਹੜਾ ਸੀ ਉਹ ਇੱਕ ਰੱਖਿਆ, ਔਰ ਉਧਰਲੇ ਪਾਸੇ ਸਾਰੇ ਨਰਕ ਦੀਆਂ ਰੂਹਾਂ ਜਿੰਨੀਆਂ ਵੀ ਸੀ ਪਾਪ ਕਰਮੀ, ਉਹਨਾਂ ਨੂੰ ਤੱਕੜੀ ਦੇ ਉੱਤੇ ਰੱਖ ਦਿੱਤਾ। ਹੁਣ ਧਰਮਰਾਜ ਕੀ ਵੇਖਦਾ ਹੈ ਕਿ ਨਾਮ ਵਾਲਾ ਕਿਣਕਾ ਜਿਹੜਾ ਹੈ ਉਹ ਹਾਲੇ ਵੀ, ਨਾਮ ਵਾਲਾ ਜਿਹੜਾ ਪੱਲੜਾ ਹੈ ਉਹ ਹਾਲੇ ਵੀ ਨੀਵਾਂ ਹੈ, ਔਰ ਪਾਪ ਕਰਮੀ ਰੂਹਾਂ ਵਾਲਾ ਸਾਰਾ ਨਰਕ ਖਾਲੀ ਹੋ ਗਿਆ ਹੈ, ਪਰ ਉਹ ਪੱਲੜਾ ਜਿਹੜਾ ਹਾਲੇ ਵੀ ਉੱਚਾ ਹੈ। ਯਾਨੀ ਤੱਕੜੀ ਦਾ ਇਹ ਹਿਸਾਬ ਹੁੰਦਾ ਕਿ ਬਰਾਬਰ ਹੋਵੇ ਤੇ ਤਾਂ ਗੱਲ ਬਣਦੀ ਹੈ, ਮਤਲਬ ਜੇ ਉੱਚਾ ਹੈ ਤਾਂ ਇਹਦਾ ਮਤਲਬ ਉਹ ਹਾਲੇ ਹੋਰ ਮੰਗਦਾ ਕਿ ਇਸ ਦੇ ਵਿੱਚ ਭਾਰ ਹੋਰ ਪਾਓ। ਤੇ ਫਿਰ ਹੁਣ ਮੈਂ ਇਹ ਕਹਿਣ ਲੱਗਿਆ ਕਿ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਨਾ ਸਾਨੂੰ ਸੁਖਣੀ ਦੇ ਸਾਹ, ਕਿਣਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਣੀ ਨਾਮ ਹੈ। ਹੁਣ ਇਹ ਕਿਣਕਾ ਇੱਕ ਜਿਹੜਾ ਹੈ ਨਾ ਜਾਂ ਰਾਜਾ ਜਨਕ ਨੇ ਦਿੱਤਾ ਸੀ, ਉਸ ਕਿਣਕੇ ਦੀ ਕੀਮਤ ਇੰਨੀ ਸੀ ਕਿ ਉਹ ਪਾਪ ਕਰਮੀ ਰੂਹਾਂ ਦਾ ਨਰਕ ਜਿਹੜਾ ਸੀ ਉਹ ਖਾਲੀ ਹੋ ਗਿਆ, ਸਾਰੇ ਦਾ ਸਾਰਾ ਨਰਕ ਖਾਲੀ ਹੋ ਗਿਆ, ਪਰ ਉਹ ਨਾਮ ਦਾ ਕਿਣਕਾ ਹਾਲੇ ਵੀ ਪੱਲੜਾ ਥੱਲੇ ਹੀ ਹੈ, ਉਹ ਤਾਂ ਹੀ ਨਹੀਂ ਉੱਠਿਆ। ਇੰਨੀ ਮਹਿਮਾ ਹੈ ਗੁਰੂ ਸਾਹਿਬ ਨੇ ਇਸ ਕਰਕੇ ਬਖਸ਼ਿਸ਼ ਕੀਤੀ ਹੈ ਸਾਨੂੰ ਭਾਈ ਗੁਰਮੁਖ ਪਿਆਰਿਓ। ਪੂਰਾ ਨਾਮ ਤਾਂ ਕਿਸੇ ਨੇ ਪ੍ਰਾਪਤ ਕਰ ਲਿਆ ਨਾ, ਆਰਾਧ ਲਿਆ, ਤੇ ਉਹ ਤਾਂ ਵਾਹਿਗੁਰੂ ਦੀ ਕਿਰਪਾ, ਪਰਮੇਸ਼ਰ ਸਰੂਪ ਹੈ। ਪਰ ਜੇ ਕਿਸੇ ਨੇ ਇੱਕ ਕਿਣਕਾ ਵੀ ਪ੍ਰਾਪਤ ਕਰ ਲਿਆ ਨਾ, ਤੇ ਉਹ ਮਹਾਂਪੁਰਸ਼ ਵੀ ਜਿਹੜਾ ਉਹਦੀ ਮਹਿਮਾ ਗਿਣੀ ਨਹੀਂ ਜਾ ਸਕਦੀ, ਉਹਦਾ ਬਿਆਨ ਨਹੀਂ ਕੀਤਾ ਜਾ ਸਕਦਾ, ਉਹਦੀ ਗਤਮਿਤ ਨਹੀਂ ਮਹਾਂਪੁਰਸ਼ ਦੀ ਜਾਣੀ ਜਾ ਸਕਦੀ।
ਸੰਤਾਂ ਦੀ, ਸਾਧਾਂ ਦੀ, ਬ੍ਰਹਮ ਗਿਆਨੀ ਪੁਰਸ਼ਾਂ ਦੀ, ਗੁਰਮੁਖ ਪਿਆਰਿਆਂ ਦੀ ਗੱਤ ਜਿਹੜੀ ਹੈ, ਜਿਨ੍ਹਾਂ ਕੋਲ ਨਾਮ ਦੀ ਪ੍ਰਾਪਤੀ ਹੈ, ਉਹ ਪਰਮਾਤਮਾ ਹੀ ਜਾਣਦਾ ਹੈ। ਸੰਸਾਰ ਦੇ ਲੋਕਾਂ ਨੂੰ ਘੱਟ ਗਿਆਨ ਹੁੰਦਾ, ਕਿਸੇ ਕਿਸੇ ਨੂੰ ਵਿਰਲੇ ਨੂੰ ਪਤਾ ਲੱਗ ਜਾਂਦਾ ਵੀ ਇਹ ਮਹਾਂਪੁਰਸ਼ ਜਿਹੜੇ ਹੈ ਪਰਮਾਤਮਾ ਦੀ ਸ਼ਕਤੀ ਵਾਲੇ ਹੈ, ਮਹਾਂਪੁਰਸ਼ ਬ੍ਰਹਮ ਗਿਆਨੀ ਹੈ। ਰੂਹਾਂ ਐਸੀਆਂ ਵੀ ਹੈ ਜਿਹੜੀਆਂ ਪਿਆਰ ਨਾਲ ਸੰਤਾਂ ਦੀ ਸੇਵਾ ਕਰਦੀਆਂ, ਮਹਾਂਪੁਰਸ਼ਾਂ ਦੀ ਸੇਵਾ ਕਰਦੀਆਂ, ਉਹਨਾਂ ਨੂੰ ਬਖਸ਼ਿਸ਼ਾਂ ਪ੍ਰਾਪਤ ਹੋ ਜਾਂਦੀਆਂ, ਉਹਨਾਂ ਨੂੰ ਗਿਆਨ ਹੋ ਜਾਂਦਾ, ਉਹਨਾਂ ਦੀਆਂ ਅੱਖਾਂ ਜਿਹੜੀਆਂ ਉਹ ਦ੍ਰਿਸ਼ਟੀ ਬਦਲ ਜਾਂਦੀ ਹੈ, ਦ੍ਰਿਸ਼ਟੀ ਅੰਤਰ ਦ੍ਰਿਸ਼ਟੀ ਹੋ ਜਾਂਦੀ ਹੈ, ਉਹਨਾਂ ਨੂੰ ਪਰਮਾਤਮਾ ਦੇ ਗੁੱਝੇ ਭੇਦਾਂ ਦਾ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ। ਤੋਂ ਸਾਧਕ ਜੀ, ਇਸ ਤਰ੍ਹਾਂ ਦੇ ਨਾਲ ਕੀ ਹੋਇਆ ਕਿ ਉਹ ਧਰਮਰਾਜ ਨੇ ਉਸ ਨਾਮ ਦੇ ਕਿਣਕੇ ਦੇ ਬਰਾਬਰ ਸਾਰਾ ਨਰਕ ਜਿਹੜਾ ਸੀ ਉਹ ਪਰਮਾਤਮਾ ਤੋਂ ਆਗਿਆ ਲੈ ਕੇ ਖਾਲੀ ਹੋ ਗਿਆ। ਹੁਣ ਰਾਜਾ ਜਨਕ ਜਿਹੜਾ ਸੀ ਆਪਣੇ ਰਸਤੇ ਚਲਾ ਗਿਆ, ਜਾ ਕੇ ਸੱਚਖੰਡ ਦੇ ਦੁਆਰੇ ਦੇ ਉੱਤੇ ਗੁਰੂ ਸਾਹਿਬ ਦੇ ਚਰਨਾਂ 'ਚ ਬਿਰਾਜਮਾਨ ਹੋਇਆ। ਗੁਰੂ ਸਾਹਿਬ ਨੇ ਬੜਾ ਸਤਿਕਾਰ ਕੀਤਾ, ਜਿਵੇਂ ਆਮ ਰੂਹਾਂ ਦਾ ਕਰਦੇ ਆ, ਕਿਉਂਕਿ ਜਨਕ ਰਾਜਾ ਜਿਹੜਾ ਸੀ ਉਹ ਬਹੁਤ ਧਰਮੀ ਬੰਦਾ ਸੀ, ਨਿਆਂਵਾਦੀ ਸੀ। ਮਿਥਲੇਸ਼ਪੁਰੀ ਦਾ ਤ੍ਰੇਤਾ ਯੁੱਗ ਦੇ ਵਿੱਚ। ਤੋ ਸਾਧ ਸੰਗਤ ਜੀ, ਇਸ ਤਰ੍ਹਾਂ ਦੇ ਨਾਲ ਹੁਣ ਅਸੀਂ ਇਹ ਕਹਿਣਾ ਚਾਹੁੰਦੇ ਹਾਂ, ਗੁਰੂ ਸਾਹਿਬ ਨੇ ਇਹੀ ਬਖਸ਼ਿਸ਼ ਕੀਤੀ ਹੈ, ਕਿਣਕਾ ਏਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਣੀ ਨ ਆਵੈ। ਤੋ ਗੁਰਮੁਖ ਪਿਆਰਿਓ, ਜਿਹੜੇ ਵੀ ਗੁਰਮੁਖ ਹੋ ਕੇ, ਗੁਰਮੁਖ ਹੋਣਾ, ਗੁਰਮੁਖ ਕਿਹਨੂੰ ਕਹਿੰਦੇ ਹੈ? ਗੁਰਮੁਖ ਗੁਰੂ ਦੀ ਮਤ ਨੂੰ, ਗੁਰੂ ਦੀ ਗੱਲ ਨੂੰ, ਗੁਰੂ ਦੇ ਬਚਨਾਂ ਨੂੰ ਸੱਤ ਕਰਕੇ ਆਪਣੇ ਹਿਰਦੇ ਦੇ ਵਿੱਚ ਵਸਾ ਲੈਣਾ, ਔਰ ਹਿਰਦੇ ਦੇ ਵਿੱਚ ਵਸਾ ਕੇ ਉਸ ਨੂੰ ਧਾਰਨਾ ਕਰਕੇ ਉਸ 'ਤੇ ਅਮਲ ਲਿਆ ਕੇ ਉਸ ਨੂੰ ਆਪਣੇ ਜੀਵਨ ਦੇ ਵਿੱਚ ਕਿਰਿਆਵੰਤ ਕਰਨਾ, ਉਹਨਾਂ ਗੁਣਾਂ ਦਾ ਧਾਰਨੀ ਹੋ ਜਾਣਾ ਜਿਹੜੇ ਪਰਮਾਤਮਾ ਦੇ ਗੁਣ ਹੈ। ਪਰਮਾਤਮਾ ਦੇ ਗੁਣ ਕੀ ਹੈ? ਧਰਮ, ਦਇਆ, ਸੰਤੋਖ, ਸੱਚ ਔਰ ਧੀਰਜ। ਇਹ ਪੰਜ ਗੁਣ ਜਿਹੜੇ ਹੈ ਸਾਨੂੰ ਪਰਮਾਤਮਾ ਦੇ ਮਿਲਣ ਦੇ ਵਿੱਚ ਸਹਾਈ ਹੁੰਦੇ ਆ। ਜਿਨ੍ਹਾਂ ਗੁਰਮੁਖ ਆਤਮਾ ਨੇ ਇਹ ਪੰਜ ਗੁਣਾਂ ਦੀ ਧਾਰਨਾ ਕਰ ਲਈ, ਧਰਮ, ਦਇਆ, ਸੰਤੋਖ, ਸੱਚ ਔਰ ਧੀਰਜ, ਉਹ ਗੁਰਮੁਖ ਆਤਮਾ ਜਿਹੜੀਆਂ ਗੁਰਮੁਖ ਹੋ ਜਾਂਦੇ ਆ, ਉਹ ਪਰਮਾਤਮਾ ਦੇ ਨਾਲ ਯੋਗ ਕਰ ਲੈਂਦੀਆਂ, ਪਰਮਾਤਮਾ ਦੇ ਨਾਲ ਮਿਲਣ ਕਰ ਲੈਂਦੀਆਂ। ਇਸ ਤਰ੍ਹਾਂ ਦੇ ਨਾਲ ਉਹਨਾਂ ਗੁਰਮੁਖ ਆਤਮਾ ਦਾ ਇਸ ਸੰਸਾਰ ਦੇ ਵਿੱਚ ਬੈਠਿਆ ਹੋਇਆ ਵੀ ਸਤਿਕਾਰ ਹੁੰਦਾ, ਜੀਵਤ ਪਦਵੀ ਨੂੰ ਪ੍ਰਾਪਤ ਹੋ ਜਾਂਦੇ ਆ। ਇਹ ਪਦਵੀਆਂ ਹੈ ਮਹਾਂਪੁਰਸ਼ਾਂ ਦੀਆਂ, ਜੀਵਤ ਪਦਵੀ, ਪਰਮ ਪਦ, ਅਮਰਾ ਪਦ, ਔਰ ਅੱਗੇ ਜਾ ਕੇ ਸੱਚਖੰਡ ਦੇ ਦੁਆਰੇ ਦੇ ਉੱਤੇ ਫਿਰ ਇਸ ਗੁਰਮੁਖ ਆਤਮਾ ਨੂੰ ਕੁਵੱਲਿਆ ਮੋਕਸ਼ ਮਿਲਦੀ ਹੈ। ਭਾਵ 84 ਲੱਖ ਜੂਨੀਆਂ ਦਾ ਆਵਾਗਮਨ ਕੱਟਿਆ ਜਾਂਦਾ ਹੈ, ਪਰਮਾਤਮਾ ਦੇ ਦਰਸਦਾਰੇ ਹੋ ਜਾਂਦੇ ਆ, ਪਰਮਾਤਮਾ ਦੀ ਜੋਤ ਦੇ ਵਿੱਚ ਸਾਡੀ ਜੋਤ ਆਤਮਾ ਭੇਦ ਹੋ ਜਾਂਦੀ ਹੈ, ਔਰ ਇਸ ਤਰ੍ਹਾਂ ਦੇ ਨਾਲ ਵਾਰ ਵਾਰ ਫਿਰ ਜੰਮਣਾ ਨਹੀਂ ਪੈਂਦਾ। ਜਦੋਂ ਕਿਤੇ ਗੁਰੂ ਦਾ ਹੁਕਮ ਹੋਵੇ ਤਾਂ ਫਿਰ ਇਸ ਗੁਰਮੁਖ ਆਤਮਾ ਨੂੰ, ਪਹੁੰਚੀ ਹੋਈ ਆਤਮਾ ਨੂੰ ਫਿਰ ਪਰਮਾਤਮਾ ਇੱਕ ਹੁਕਮ ਲਾ ਕੇ ਸੰਸਾਰ ਦੇ ਵਿੱਚ ਭੇਜਦਾ ਕਿ ਜਾਓ ਸੰਸਾਰ ਦੇ ਵਿੱਚ ਮੇਰਾ ਨਾਮ ਸਿਮਰਨ ਕਰਵਾਓ। ਜਿਵੇਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਇਹ ਆਤਮਾ, ਇਤਿਹਾਸ ਇਹ ਕਹਿੰਦਾ, ਬਹੁਤ ਲੋਕ ਵਿਚਾਰ ਬਾਲਕ ਜਿਹੜੇ ਹੈ ਉਹ ਇਹ ਕਹਿੰਦੇ ਕਿ ਇਹੀ ਰਾਜਾ ਜਨਕ ਦੀ ਆਤਮਾ ਜਿਹੜੀ ਹੈ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਆਤਮਾ ਸੀ। ਔਰ ਫਿਰ ਗੁਰੂ ਨਾਨਕ ਦੇਵ ਜੀ ਨੂੰ ਫਿਰ ਸਤਿਗੁਰੂ ਦੀ ਪਦਵੀ ਦੇ ਕੇ ਪਰਮ ਪਿਤਾ ਪਰਮਾਤਮਾ ਨੇ, ਪਹਿਲੇ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਹੋਏ ਆ, ਔਰ ਸਤਿਗੁਰੂ ਦੀ ਪਦਵੀ ਦੇ ਕੇ ਫਿਰ ਸੰਸਾਰ ਦੇ ਵਿੱਚ ਜਗਤ ਜਲੰਦਾ ਠਾਰਨ ਵਾਸਤੇ ਭੇਜਿਆ, ਕਿਉਂਕਿ ਐਸੀ ਅਵਸਥਾ ਬਣ ਗਈ ਸੀ ਕਿ ਜਗਤ ਦੇ ਵਿੱਚ ਅਗਨੀ ਹੀ ਅਗਨੀ ਵਿਆਪਕ ਸੀ, ਬੁਰਾਈ ਹੀ ਬੁਰਾਈ ਵਿਆਪਕ ਸੀ, ਹਰ ਕੋਈ ਧੱਕੇ ਕਰ ਰਿਹਾ ਸੀ, ਗਰੀਬ ਦਾ ਮਾਣ ਕੋਈ ਨਹੀਂ ਰੱਖ ਰਿਹਾ ਸੀ, ਦਇਆ ਦ੍ਰਿਸ਼ਟੀ ਕਿਸੇ ਕੋਲ ਨਹੀਂ ਸੀ, ਧਰਮ ਕਿਸੇ ਕੋਲ ਨਹੀਂ ਰਹਿ ਗਿਆ ਸੀ, ਸਭ ਧਰਮੀ ਬੰਦੇ ਵੀ ਜਿਹੜੇ ਆ ਉਹ ਪਾਪ ਕਰਮ ਵਿੱਚ ਲੀਨ ਹੋ ਗਏ ਸੀ।
ਅਤੇ ਫਿਰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਵੱਖਰਾ ਪੰਥ ਚਲਾਉਣ ਵਾਸਤੇ ਸਾਹਿਬ ਸ਼੍ਰੀ ਗੁਰੂ ਪਰਮ ਪਿਤਾ ਪਰਮਾਤਮਾ ਨੇ ਹੁਕਮ ਲਗਾ ਕੇ ਇਸ ਸੰਸਾਰ ਦੇ ਵਿੱਚ ਭੇਜਿਆ। ਔਰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ 10 ਜੋਤਾਂ ਲਗਾਤਾਰ, ਜਿਸ ਨੂੰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਕਰਕੇ ਪੈਦਾ ਕੀਤਾ। ਔਰ ਅੱਜ ਸਿੱਖ ਧਰਮ ਜਿਹੜਾ ਹੈ ਉਹ ਸ੍ਰਿਸ਼ਟੀ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹੈ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸੇਵਕ ਹੈ। ਔਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਜ ਸਾਡੇ ਸਤਿਗੁਰੂ, ਅੱਜ ਗੁਰੂ ਨਾਨਕ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਹੀ ਗੁਰੂ ਗ੍ਰੰਥ, ਗੁਰੂ ਬਾਣੀ, ਬਾਣੀ ਗੁਰੂ ਵਿੱਚ ਬਾਣੀ ਅੰਮ੍ਰਿਤ ਸਾਰੇ, ਇਸ ਤੁਕ ਨੂੰ ਚਰਤਾਰਥ ਕਰਦੀ ਹੋਈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਉਹ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਹੀ ਸਰੂਪ ਹੈ। ਇਸ ਕਰਕੇ ਅੱਜ ਸੰਗਤਾਂ ਜਿਹੜੀਆਂ ਹੈ ਇਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਦੇ ਵਿੱਚ ਆ ਕੇ ਸੁਰਤੀਆਂ ਜੋੜ ਕੇ ਆਪਣੇ ਜੀਵਨ ਨੂੰ ਸਫਲਾ ਕਰਦੀਆਂ, ਆਪਣੀਆਂ ਰੂਹਾਂ ਨੂੰ ਨਿਹਾਲ ਕਰ ਲੈਂਦੀਆਂ, ਔਰ ਉਸ ਪਰਮ ਪਿਤਾ ਪਰਮਾਤਮਾ ਦੇ ਨਾਲ ਮਿਲਣ ਕਰਕੇ ਆਪਣੇ ਆਵਾਗਮਨ ਦਾ ਇਹ ਸੰਸਾਰ ਦਾ ਚੱਕਰ ਜਿਹੜਾ ਹੈ ਉਹ ਖਤਮ ਕਰ ਲੈਂਦੀਆਂ। ਤੋ ਸਾਧ ਸੰਗਤ ਜੀ, ਇੰਨੀਆਂ ਹੀ ਬੇਨਤੀਆਂ ਕਰਦੇ ਹੋਏ ਅਸੀਂ ਬੇਨਤੀ ਕਰਦੇ ਹਾਂ ਸੱਚੇ ਪਾਤਸ਼ਾਹ ਪਰਮ ਪਿਤਾ ਪਰਮਾਤਮਾ ਦਾ ਹੁਕਮ ਮੰਨ ਕੇ ਗੁਰੂ ਤੋਂ ਨਾਮ ਅੰਮ੍ਰਿਤ ਦੀ ਪ੍ਰਾਪਤੀ ਕਰਕੇ ਜਿਨ੍ਹਾਂ ਨੇ ਥੋੜ੍ਹਾ ਜਿਹਾ ਵੀ ਗੁਰੂ ਦੀ ਸੇਵਾ ਕਰਕੇ, ਗੁਰੂ ਨਾਲ ਪਿਆਰ ਕਰਕੇ, ਗੁਰੂ ਦੀ ਪ੍ਰੀਤ ਕਰਕੇ, ਗੁਰੂ ਦੀ ਆਗਿਆ ਨੂੰ ਸੱਤ ਕਰਕੇ ਮੰਨ ਲਿਆ, ਉਹਨਾਂ 'ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਔਰ ਉਹਨਾਂ ਦਾ ਜੀਵਨ ਜਿਹੜਾ ਹਮੇਸ਼ਾ ਸਫਲ ਹੋ ਜਾਂਦਾ ਹੈ। ਔਰ ਅਸੀਂ ਵੀ ਇਸ ਤਰ੍ਹਾਂ ਹੀ ਕਰਨਾ ਹੈ। ਸਤਸੰਗ ਜੀ, ਇੰਨੀਆਂ ਵਿਚਾਰਾਂ ਕਰਦੇ ਹੋਏ ਸ਼ਮਾਂ ਦੇ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।